ਸਾਤਰੀਆ ਕਾਲਜੀ ਸਟੱਡੀ ਸਪਿਰਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆ 16 ਦਸੰਬਰ ਤੇ ਅੱਜ ਦੇ ਲੈਕਚਰ ਦੀ ਸ਼ੁਰੂਆਤ ਹੈ ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ ਉਹਨਾਂ ਤੋਂ ਕਰਾਂਗੇ ਦੇਖਾਂਗੇ ਵੀ ਕਿਹੜੇ-ਕਿਹੜੇ ਕੁਐਸਚਨ ਸੀ ਫਿਰ ਜਾਣਾਂਗੇ ਉਹਨਾਂ ਦੇ ਆਨਸਰ ਪਰ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਵੀ ਜਿਹੜੇ ਚੈਨਲ ਤੇ ਨਵੇਂ ਹੁੰਦੇ ਆ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਕਰਦਾ ਕਰੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਚਲੋ ਜੀ ਅੱਜ ਦਾ ਇਹ ਲੈਕਚਰ ਆਪਾਂ ਕਰਦੇ ਹਾਂ ਸਟਾਰਟ ਫਰਸਟ ਕੁਐਸਚਨ ਦੇਖਦੇ ਆ ਜਿਹੜਾ ਆਪਾਂ ਲਾਸਟ ਲੈਕਚਰ ਦੇ ਵਿੱਚ ਪੁੱਛਿਆ ਸੀ ਹੂ ਇਜ਼ ਦਾ ਟਾਈਮ ਮੈਗਜ਼ੀਨ ਮੈਗਜ਼ੀਨਸ 2020 ਐਥਲੀਟ ਆਫ ਦਾ ਈਅਰ ਠੀਕ ਹੈ ਜੀ ਐਥਲੀਟ ਆਰ ਆਫ ਦਾ ਈਅਰ ਪੁੱਛਿਆ ਸੀ ਕੌਣ ਸੀ ਲਿਊ ਬੋਰਨ ਜੈਮਸ ਜਿਹੜਾ ਹੈਗਾ ਇਹਨਾਂ ਦਾ ਨਾਮ ਹੈ ਜਿਹੜੇ ਕਿ ਬਾਸਕਟਬਾਲ ਜਿਹੜੀ ਖੇਡ ਹੈ ਉਸ ਦੇ ਨਾਲ ਰਿਲੇਟ ਕਰਦੇ ਆ ਜਿਹੜੇ ਕਿ ਐਥਲੀਟ ਆਫ ਦਾ ਈਅਰ ਬਣਿਆ ਠੀਕ ਹੈ ਜੀ ਤੇ ਜਿਹੜੇ ਪਰਸਨ ਆਫ ਦਾ ਇਅਰ ਬਣੇ ਸੀ ਕੱਲ ਵੀ ਆਪਾਂ ਹੋਰ ਡਿਸਕਸ ਕੀਤਾ ਸੀ ਕਿਹੜੇ ਸੀ ਜੋਬਿਡਨ ਤੇ ਕਮਲਾ ਹੈਰਿਸ ਜੋਬਿਡਨ ਜੀ ਜਿਹੜੇ ਪ੍ਰੈਜ਼ੀਡੈਂਟ ਬਣੇ ਆ ਕਿੱਥੋਂ ਦੇ ਯੂਐਸ ਦੇ ਬਣੇ ਆ ਤੇ ਉੱਥੋਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਜੀ ਠੀਕ ਹੈ ਜੀ ਇਹਨਾਂ ਬਾਊਟ ਵੀ ਆਪਾਂ ਕੱਲ ਕਰਿਆ ਸੀ ਡਿਸਕਸ ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਹੂ ਹੈਜ਼ ਬੀਨ ਨੇਮਡ ਇੰਡੀਆਜ਼ ਪਰਸਨ ਆਫ ਦਾ ਇਅਰ ਫਾਰ 2020 ਬਾਏ ਦਾ ਪੀਪਲ ਫੋਰ ਦ ਐਥੀਕਲ ਟ੍ਰੀਟਮੈਂਟ ਆਫ ਐਨੀਮਲ ਜਿਹੜਾ ਪੇਟਾ ਪਰਸਨ ਆਫ ਦਾ ਇਅਰ ਬਣਿਆ ਕੌਣ ਬਣਿਆ ਇੰਡੀਆ ਦੇ ਜான் ਇਬਰਾਹਿਮ ਠੀਕ ਆ ਜੀ ਇਹਨਾਂ ਦਾ ਨਾਮ ਵੀ ਇੰਪੋਰਟੈਂਟ ਹੋ ਜਾਂਦਾ ਹੈ ਜਿਹੜੇ ਕੀ ਬਾਲੀਵੁੱਡ ਐਕਟਰ ਨੇ ਜான் ਇਬਰਾਹਿਮ ਚਲੋ ਜੀ 3rd ਕੁਐਸਚਨ ਦੇਖਦੇ ਆ ਹੂ ਹੈਜ਼ ਬੀਨ ਅਪੋਇੰਟਡ ਐਸ ਦਾ ਸਟੇਟ ਆਈਕਨ ਆਫ ਪੰਜਾਬ ਬਾਏ ਦਾ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਦੁਆਰਾ ਜਿਹੜਾ ਪੰਜਾਬ ਸਟੇਟ ਦਾ ਆਈਕਨ ਹੈ ਕੀ ਨੂੰ ਅਪਾਇੰਟ ਕੀਤਾ ਗਿਆ ਆਪਾਂ ਕੱਲ ਵੀ ਇਹਨਾਂ ਬਾਊਟ ਕਾਫੀ ਡਿਟੇਲ ਦੇ ਵਿੱਚ ਡਿਸਕਸ ਕੀਤਾ ਸੀ ਸੋਨੂ ਸੂਦ ਠੀਕ ਹੈ ਜੀ ਸੋਨੂ ਸੂਦ ਕਾਫੀ ਨਿਊਜ਼ ਦੇ ਵਿੱਚ ਰਹੇ ਆ ਲਾਕਡਾਊਨ ਦੌਰਾਨ ਵੀ ਠੀਕ ਹੈ ਜੀ ਕਾਫੀ ਇਹਨਾਂ ਨੇ ਹੈਲਪ ਕੀਤੀ ਸੀ ਜਿਹੜੇ ਪ੍ਰਵਾਸੀ ਜਿਹੜੇ ਲੋਕ ਸੀ ਜਿਹੜੇ ਜਾ ਰਹੇ ਸੀ ਆਪਦੀ ਸਟੇਟ ਨੂੰ ਵਾਪਸ ਜਾ ਰਹੇ ਸੀ ਉਹਨਾਂ ਦੇ ਪਹੁੰਚਣ ਵਿੱਚ ਬੜੀ ਹੈਲਪ ਕਰੀ ਸੀ ਜਿਹੜੀ ਆਪਾਂ ਕੱਲ ਗੱਲ ਕਰੀ ਸੀ ਇਹਨਾਂ ਨੇ ਇੱਕ ਇਨੀਸ਼ੀਏਟਿਵ ਵੀ ਲਾਂਚ ਕੀਤਾ ਸੀ ਠੀਕ ਹੈ ਜੀ ਮਹਾਰਾਸ਼ਟਰ ਦੇ ਵਿੱਚ ਉਹ ਵੀ ਤਾਂ ਹੁਣ ਯਾਦ ਰ ਹੋਣਾ ਚਾਹੀਦਾ ਜਿਹਦੇ ਅੰਡਰ ਕੀ ਈ ਰਿਕਸ਼ਾ ਜਿਹੜੇ ਹੈਗੇ ਆ ਉਹਨਾਂ ਨੂੰ ਦਿੱਤੇ ਸੀ ਜਿੰਨਾਂ ਕੋਲੇ ਜੌਬ ਹੈ ਨਹੀਂ ਠੀਕ ਹੈ ਜੀ ਖੁਦ ਕਮਾਓ ਘਰ ਚਲਾਓ ਜਿਹੜਾ ਇਨੀਸ਼ੀਏਟਿਵ ਆਪਾਂ ਕੱਲ ਦੇਖਿਆ ਸੀਗਾ ਚਲੋ ਜੀ ਅਗਲਾ ਕੁਐਸਚਨ ਦੇਖਦੇ ਆ ਸਟੈਚੂ ਆਫ ਪੀਸ ਐਨਵਲਡ ਇਨ ਵਿਚ ਸਟੇਟ ਜਿਹੜਾ ਤੁਹਾਨੂੰ ਪਤਾ ਹੈ ਆਪਾਂ ਇਸ ਬਾਰੇ ਗੱਲ ਕਰੀ ਸੀ ਜਿਹੜਾ ਸਟੈਚੂ ਆਫ ਪੀਸ ਬਣਾਇਆ ਗਿਆ ਤੇ ਇਹ ਕਿਹੜੀ ਸਟੇਟ ਦੇ ਵਿੱਚ ਹੈ ਜਿਹੜਾ ਇਸ ਦਾ ਉਦਘਾਟਨ ਕੀਤਾ ਗਿਆ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਤੇ ਪਤਰਕਾ ਗੇਟ ਦਾ ਵੀ ਰਾਜਸਥਾਨ ਦੇ ਵਿੱਚ ਹੋਇਆ ਸੀ ਕਾਫੀ ਟਾਈਮ ਪਹਿਲਾਂ ਉਸਦੇ ਬਾਰੇ ਵੀ ਆਪਾਂ ਗੱਲ ਕਰੀ ਸੀ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਵਟ ਇਜ਼ ਦਾ ਹਾਈਟ ਆਫ ਸਟੈਚੂ ਆਫ ਯੂਨਿਟੀ ਹੁਣ ਸਟੈਚੂ ਆਫ ਯੂਨਿਟੀ ਦੀ ਗੱਲ ਹੋ ਰਹੀ ਹੈ ਸਟੈਚੂ ਆਫ ਪੀਸ ਦੀ ਗੱਲ ਹੋ ਰਹੀ ਸੀ ਸਟੈਚੂ ਆਫ ਯੂਨਿਟੀ ਜਿਹੜਾ ਕਿ ਕਿੱਥੇ ਸਿਚੁਏਟਿਡ ਆ ਪਹਿਲਾਂ ਤਾਂ ਤੁਹਾਨੂੰ ਆ ਹੀ ਪਤਾ ਹੋਣਾ ਚਾਹੀਦਾ ਗੁਜਰਾਤ ਦੇ ਵਿੱਚ ਹੈ ਠੀਕ ਹੈ ਜੀ ਇਸ ਦੀ ਹਾਈਟ ਪੁੱਛੀ ਸੀ ਕਿੰਨੀ ਆ 182 ਮੀਟਰ ਇਸ ਦੀ ਹਾਈਟ ਦੇਖਣ ਨੂੰ ਮਿਲਦੀ ਹੈ ਤੇ ਇਹ ਕਿਹੜੀ ਰਿਵਰ ਤੇ ਸਿਚੁਏਟਿਡ ਆ ਨਰਮਦਾ ਰੇਵਰ ਤੇ ਸਿਚੁਏਟਿਡ ਹੈ ਠੀਕ ਹੈ ਜੀ ਗੁਜਰਾਤ ਸਟੇਟ ਦੇ ਵਿੱਚ ਪੈਂਦਾ ਤੇ ਇਹੇ ਰਾਜਸਥਾਨ ਦੇ ਵਿੱਚ ਪੈਂਦਾ ਸਟੈਚੂ ਆਫ ਪੀਸ ਅਗਲਾ ਕੁਐਸਚਨ ਕੀ ਆ ਆਪਾਂ ਕੱਲ ਕਰੀ ਸੀ ਇੱਕ ਨਿਊਜ਼ ਕਰੀ ਸੀ ਵੀ ਬੀਐਸएनएल ਨੇ ਕਿਹੜੀ ਕੰਪਨੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਇਸ ਨੈਰੋਬੈਂਡ ਇੰਟਰਨੈਟ ਆਫ ਥਿੰਗਸ ਦੇ ਵਿੱਚ ਤਾਂ ਇਸ ਦਾ ਆਨਸਰ ਕੀ ਸੀ ਕਿਹੜਾ ਸੀ ਸਕਾਈਲੋ ਠੀਕ ਹੈ ਜੀ ਸਕਾਈਲੋ ਕੰਪਨੀ ਹੈ ਜਿਹਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਇਸ ਖੇਤਰ ਦੇ ਵਿੱਚ ਠੀਕ ਹੈ ਜੀ ਤੇ ਇਸੀ ਦੇ ਲਾਸਟ ਲੈਕਚਰ ਦੇ ਵਿੱਚ ਜੋ ਆਪਾਂ ਕੁਐਸਚਨ ਪੁੱਛੇ ਸੀ ਉਹਨਾਂ ਦੇ ਸੀਗੇ ਆਨਸਰ ਹੁਣ ਦੇਖ ਲੈਣੇ ਆ ਵੀ ਇਹਨਾਂ ਦੇ ਆਨਸਰ ਕਿਹਨਾਂ ਨੇ ਦਿੱਤੇ ਆ ਇੱਕ ਹੀ ਪਰਸਨ ਤੋਂ ਮਿਲਿਆ ਕੋਈ ਗੱਲ ਨਹੀਂ ਆਪਾਂ ਨੂੰ ਇੰਨਾ ਹੀ ਸਫੀਸ਼ੀਐਂਟ ਆ ਬਾਕੀ ਸ਼ਾਇਦ ਸੌ ਜਾਂਦੇ ਆ ਜਾਂ ਕੋਈ ਕਲਾਸ ਦੇਖੀ ਨਹੀਂ ਰਹਤੇ ਆ ਨਾ ਚਲੋ ਮੈਂ ਇਹ ਮੰਨ ਲੈਣਾ ਠੀਕ ਹੈ ਜੀ ਜਿਕਰ ਸੰਗ ਨੇ ਆਨਸਰ ਦਿੱਤੇ ਆ ਬਹੁਤ ਵਧੀਆ ਚਲੋ ਜੀ ਆਪਾਂ ਅੱਗੇ ਚੱਲਦੇ ਆ ਅੱਜ ਦੇ ਇੰਪੋਰਟੈਂਟ ਡੇ ਤੇ ਇਹਨਾਂ ਨੇ ਸਾਰੇ ਜਿਹੜੇ ਹੈਗੇ ਕੁਐਸਚਨਸ ਦੇ ਆਨਸਰ ਦਿੱਤੇ ਆ ਜਿਹੜੇ ਮੈਂ ਵਿਚਾਲੇ ਵੀ ਜਿਹੜੇ ਪੁੱਛਦਾ ਹੁੰਨਾ ਉਹਨਾਂ ਦੇ ਵੀ ਆਨਸਰ ਜ਼ਰੂਰ ਦਿਆ ਕਰੋ ਜਿਹੜੀ ਕਲਾਸ ਹੈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਹੈਗਾ ਸਹੀ ਜਿਹੜਾ ਮੈਨੇ ਦੇ ਵਿੱਚ ਹੈ ਤਾਂ ਹੀ ਇਹਦਾ ਜਿਹੜਾ ਕਲਾਸ ਦਾ ਬੈਨੀਫਿਟ ਤੁਹਾਨੂੰ ਮਿਲ ਸਕੇਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਧਿਆਨ ਨਾਲ ਸੁਣਾ ਕਰੋ ਤੇ ਐਂਡ ਵਾਲੀ ਸਲਾਈਡ ਤੇ ਜੋ ਕਰੰਟ ਅਫੇਅਰਸ ਦੇ ਵਿੱਚੋਂ ਬਣੇ ਹੋਏ ਕੁਐਸਚਨਸ ਰੱਖੇ ਹੁੰਦੇ ਆ ਉਹਨਾਂ ਨੂੰ ਵੀ ਜਰੂਰ ਅਟੈਂਪਟ ਕਰਿਆ ਕਰੋ ਚਲੋ ਜੀ ਅੱਗੇ ਚੱਲਦੇ ਆ 16 ਦਸੰਬਰ ਨੂੰ ਕਿਹੜਾ ਦਿਨ ਹੈ ਜਿਹੜਾ ਇੰਪੋਰਟੈਂਟ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਵਿਜਿਟ ਦਿਵਸ ਹੈ ਜਿਹੜਾ ਇਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ 16 ਦਸੰਬਰ ਨੂੰ ਥੋੜਾ ਜਿਹਾ ਵਿਜੇ ਦਿਵਸ ਬアウト ਜਾਣ ਲੈਣੇ ਜਿਹੜੀ 1971 ਵਨ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਵਾਰ ਹੋਈ ਸੀ ਜਿਹੜੀ ਕਿ ਲਗਭਗ 13 ਦਿਨ ਚੱਲੀ ਸੀ ਠੀਕ ਹੈ ਜੀ ਐਂਡ ਕਦੋਂ ਹੋਈ ਸੀ 16 ਦਸੰਬਰ ਨੂੰ ਜਿਹੜੀ ਐਂਡ ਹੋਈ ਸੀ ਜਿਹੜਾ ਕੀ ਦਿਨ ਆਪਾਂ ਵਿਜੇ ਵਿਜੇ ਦਿਵਸ ਦੇ ਰੂਪ ਵਿੱਚ ਮਨਾਉਂਦੇ ਆ ਤੇ ਬੰਗਲਾਦੇਸ਼ ਦੇ ਵਿੱਚ ਵੀ ਇਹ ਐਜ਼ ਅ ਇੰਡੀਪੈਂਡੈਂਸ ਡੇ ਵਜੋਂ ਵੀ ਸੈਲੀਬ੍ਰੇਟ ਕੀਤਾ ਜਾਂਦਾ ਕਿਉਂਕਿ ਜਿਹੜਾ ਬੰਗਲਾਦੇਸ਼ ਹੈ ਜਦੋਂ ਇੰਡੀਪੈਂਡੈਂਟ ਹੋ ਰਿਹਾ ਸੀ ਉਹਦੀ ਹੈਲਪ ਕਰੀ ਸੀ ਇੰਡੀਆ ਨੇ ਠੀਕ ਹੈ ਜੀ ਜਿਹਨੂੰ ਕਿ ਪਹਿਲਾਂ ਕਹਿਣ ਲੱਗੇ ਸੀ ਵੀ ਇਹ ਈਸਟ ਪਾਕਿਸਤਾਨ ਬਣ ਜਾ ਰਿਹਾ ਹੈਗਾ ਪਰ ਬੰਗਲਾਦੇਸ਼ ਨੂੰ ਇੰਡੀਪੈਂਡੈਂਟ ਬਣਾਉਣ ਦੇ ਲਈ ਭਾਰਤ ਨੇ ਉਸ ਦਾ ਸਾਥ ਦਿੱਤਾ ਸੀਗਾ ਠੀਕ ਹੈ ਜੀ ਜਿਹੜੀਆਂ 971 ਫੰ ਦੇ ਵਿੱਚ ਲੜਾਈ ਹੋਈ ਠੀਕ ਹੈ ਜੀ ਇਸ ਤੇ ਇਹ ਆਪਾਂ 16 ਦਸੰਬਰ ਨੂੰ ਐਸ ਅ ਵਿਜੇ ਦਿਵਸ ਜਿਹੜਾ ਹੈਗਾ ਸੈਲੀਬ੍ਰੇਟ ਕਰਦੇ ਹਾਂ ਠੀਕ ਹੈ ਜੀ ਯਾਦ ਰੱਖਿਓ 16 ਦਸੰਬਰ ਨੂੰ ਵਿਜੇ ਦਿਵਸ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਹ ਸੀਗਾ ਅੱਜ ਦਾ ਇੰਪੋਰਟੈਂਟ ਡੇ 16 ਦਸੰਬਰ ਦਾ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਹਾਂ ਨੀਤੀਯੋਗ ਨੇ ਕੀ ਰਿਲੀਜ਼ ਕੀਤਾ ਜਿਹੜਾ ਵਾਈਟ ਪੇਪਰ ਵਿਜ਼ਨ 2035 ਹੈ ਇਹ ਰਿਲੀਜ਼ ਕੀਤਾਗਾ ਇਹਦੇ ਵਿੱਚ ਕੀ ਹੈ ਜਿਹੜੀ ਪਬਲਿਕ ਹੈਲਥ ਹੈ ਉਹਦਾ ਸਹੀ ਮਾਇਨੇ ਦੇ ਵਿੱਚ ਵੀ ਸਰਵੇ ਕੀਤਾ ਜਾਊਗਾ ਹੈਲਥ ਦੇ ਖੇਤਰ ਦੇ ਵਿੱਚ ਕੀ ਕੀਤਾ ਜਾਊਗਾ ਕਹਿ ਰਿਹਾ ਹੈ ਵੀ 2035 ਤੱਕ ਪੂਰੀ ਕ੍ਰਾਂਤੀ ਲਿਆ ਦੇਣੀ ਹੈ ਠੀਕ ਹੈ ਜੀ ਪ੍ਰੰਧ ਵਿੱਚ ਇਦਾਂ ਵੀ ਇਹ ਜਿਹੜਾ ਪੇਪਰ ਵਰਕ ਤੇ ਜਿਹੜਾ ਕਹਿਣ ਦੀ ਗੱਲ ਕਹਿ ਰਹੇ ਆ ਚਲੋ ਜੀ ਰਿਜ਼ਲਟ ਤਾਂ ਜੋ ਬਾਤ ਚਾਉਣਗੇ ਉਹ ਬਾਤ ਦੀਆਂ ਗੱਲਾਂ ਨੇ ਕਹਿੰਦੇ ਵੀ ਹੈਲਥ ਦੇ ਖੇਤਰ ਦੇ ਵਿੱਚ ਪੂਰੀ ਕ੍ਰਾਂਤੀ ਲਿਆ ਦੇਣੀ ਆ ਕੀ ਕ੍ਰਾਂਤੀ ਲਿਆ ਦੇਣੀ ਆ ਵੀ ਜਿਹੜੀ ਹੈਲਥ ਹੈ ਉਹ ਪੂਰੇ ਹਾਈ ਲੈਵਲ ਤੇ ਲੈ ਜਾਣੀਆਂ ਪੂਰੀ ਵੀ ਵਧੀਆ ਫੈਸਿਲਿਟੀ ਦਿੱਤੀ ਜਾਊਗੀ ਪੂਰਾ ਅੱਛਾ ਜਿਹੜਾ ਹੈਗਾ ਵੀ ਜਿਹੜੇ ਟੈਸਟ ਵਗੈਰਾ ਨੇ ਉਹ ਪੂਰੇ ਵਧੀਆ ਕੀਤੇ ਜਾਣਗੇ ਜਿਹੜਾ ਮਤਲਬ ਕਿ ਬਿਮਾਰੀਆਂ ਨੂੰ ਘੱਟ ਕਰਨ ਦੇ ਲਈ ਇਦਾਂ ਪੂਰੇ ਸਟੈਪ ਚੱਕੇ ਜਾਣਗੇ ਇਦਾਂ ਦੀ ਗੱਲ ਕਹੀ ਜਾ ਰਹੀ ਹੈ ਹੁਣ ਇਹਦੇ ਵਿੱਚ ਇਹ ਕਾਰਨ ਦੇ ਲਈ ਕੀ ਕੀਤਾ ਜਾਊਗਾ ਇਹ ਕਹਿੰਦੇ ਵੀ ਸਰਵੇ ਵੀ ਪੂਰਾ ਵਧੀਆ ਕਰਾਵਾਂਗੇ ਵੀ ਜਿਹੜਾ ਸਰਵੇ ਹੈ ਐਗਜ਼ੈਕਟ ਸਰਵੇ ਕਰਾਇਆ ਜਾਊਗਾ ਵੀ ਕੀ ਹੈਗਾ ਕੀ ਚੱਲ ਰਿਹਾ ਹੈ ਵੀ ਇੱਥੋਂ ਕੀ ਕਿੰਨਾ ਵੀ ਜਿਹੜਾ ਹੈਗਾ ਇੰਪਰੂਵਮੈਂਟ ਹੋਈ ਕੀ ਹੈ ਹੋਈ ਠੀਕ ਹੈ ਜੀ ਸਾਰਾ ਡਿਟੇਲ ਦੇ ਵਿੱਚ ਜਿਹੜਾ ਸਰਵੇ ਉਹ ਲਿਆ ਜਾਊਗਾ ਹੈਲਥ ਖੇਤਰ ਦੇ ਵਿੱਚ ਮੈਂ ਇਹ ਗੱਲ ਕਰ ਰਿਆਂਗਾ ਠੀਕ ਹੈ ਜੀ ਜਿਹੜਾ ਸਿਟੀਜ਼ਨ ਫ੍ਰੈਂਡਲੀ ਪਬਲਿਕ ਜਿਹੜੇ ਹੈਗੇ ਆ ਸਰਵੇਲੈਂਸ ਹੋਣਗੇ ਠੀਕ ਹੈ ਜੀ ਵੀ ਜਿਹੜੀ ਇਹ ਫ੍ਰੈਂਡਲੀ ਜਿਹੜੇ ਹੈਗੇ ਆ ਪੂਰੇ ਸਰਵੇ ਕੀਤੇ ਜਾਣਗੇ ਵੀ ਉਹਨਾਂ ਦੇ ਹਿੱਤ ਨੂੰ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਇਹ ਕੰਮ ਹੈ ਇਸ ਦੁਆਰਾ ਕੀਤੇ ਜਾਣਗੇ ਤੇ ਉਸ ਦਾ ਪੂਰਾ ਸਰਵੇ ਲਿਆ ਜਾਊਗਾ ਵੀ ਮਤਲਬ ਪੂਰੀ ਜਵਾਬਦੇਹੀ ਹੋਊਗੀ ਵੀ ਜਿਹੜਾ ਇਸ ਦੇ ਨਾਲ ਜਿਹੜਾ ਸਰਵੇ ਕੀਤਾ ਜਾਊਗਾ ਪੂਰਾ ਐਗਜ਼ੈਕਟ ਮਤਲਬ ਸਹੀ ਐ ਨਹੀਂ ਹੈਗਾ ਵੀ ਕੋਈ ਵੀ ਡਾਟਾ ਕਿਵੇਂ ਵੀ ਚੱਕ ਕੇ ਆਪਦੇ ਭਰਤਾ ਤੇ ਆਇਆ ਗਿਆ ਉਸ ਦਾ ਪੂਰਾ ਵੀ ਜਵਾਬ ਦੇ ਹੋਣਾ ਪਊਗਾ ਪੂਰਾ ਉਸ ਦਾ ਸਰਵੇ ਹੈ ਪੂਰਾ ਧਿਆਨ ਨਾਲ ਜਿਹੜਾ ਉੱਤ ਤੱਕ ਪਹੁੰਚਣਾ ਚਾਹੀਦਾ ਹੈ ਇਹ ਜਿਹੜਾ ਰਿਲੀਜ਼ ਕੀਤਾ ਗਿਆ ਨੀਤੀਯੋਗ ਦੇ ਦੁਆਰਾ ਥੋੜਾ ਜਿਹਾ ਆਪਾਂ ਨੀਤੀ ਆਯੋਗ ਅਬਾਊਟ ਦੇਖ ਲੈਣੇ ਆ ਵੀ ਇਹ ਕੀ ਚੀਜ਼ ਹੈ ਕਦੋਂ ਆਈ ਠੀਕ ਹੈ ਜੀ ਪਹਿਲਾਂ ਤੁਹਾਨੂੰ ਪਤਾ ਵੀ ਆਪਣੇ ਜਿਹੜਾ ਹੁੰਦਾ ਸੀ ਪਲੈਨਿੰਗ ਕਮਿਸ਼ਨ ਹੁੰਦਾ ਸੀ ਜਿਸ ਦਾ ਆਪਾਂ ਕਹਿ ਸਕਦੇ ਹਾਂ ਵੀ ਨਾਮ ਚੇਂਜ ਕਿ ਕਿ ਕੀਤਾ ਗਿਆ ਨੀਤੀ ਆਯੋਗ ਕੀਤਾ ਗਿਆ ਤੇ ਇਹ ਨੀਤੀ ਆਯੋਗ ਕਿੰਨੇ ਦੇ ਵਿੱਚ ਬਣੀ ਠੀਕ ਹੈ ਜੀ ਇਹਰ ਇੰਪੋਰਟੈਂਟ ਹੈ ਕਾਫੀ ਵਾਰ ਪੁੱਛਿਆ ਜਾ ਚੁੱਕਾ ਹੈ 2015 ਦੇ ਵਿੱਚ ਠੀਕ ਹੈ ਜੀ 2015 ਦੇ ਵਿੱਚ ਜੋ ਨੀਤੀ ਆਯੋਗ ਬਣਿਆ ਤੇ ਹੁਣ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਇਸ ਦੇ ਚੇਅਰਮੈਨ ਕੌਣ ਨੇ ਠੀਕ ਹੈ ਜੀ ਚੇਅਰਮੈਨ ਕੌਣ ਨੇ ਆਪਣੇ ਦੇਸ਼ ਦੇ ਪੀਐਮ ਤੇ ਪੀਐਮ ਕੌਣ ਨੇ ਨਰਿੰਦਰ ਤੋਂ ਦਸੰਦ ਦੀ ਲੋਡ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਠੀਕ ਹੈ ਜੀ ਜਿਹੜੇ ਆਪਣੇ ਦੇਸ਼ ਦੇ ਪੀਐਮ ਹੈ ਉਹ ਹੁੰਦੇ ਆ ਨੀਤੀ ਦੇ ਕੀ ਹੈ ਚੇਅਰਮੈਨ ਨੇ ਤੇ ਹੁਣ ਆਪਾਂ ਵਾਈਸ ਚੇਅਰਮੈਨ ਦੀ ਗੱਲ ਕਰ ਲੈਨੇ ਆ ਇਸ ਦੇ ਵਾਈਸ ਚੇਅਰਮੈਨ ਕੌਣ ਦੇਖਣ ਨੂੰ ਮਿਲਦਾ ਹੈ ਵਾਈਸ ਚੇਅਰਮੈਨ ਨੇ ਰਾਜੀਵ ਕੁਮਾਰ ਜੀ ਠੀਕ ਹੈ ਜੀ ਇਹ ਵੀ ਇੰਪੋਰਟੈਂਟ ਹੋਏਂਦਾ ਰਾਜੀਵ ਕੁਮਾਰ ਜੀ ਹੈ ਜੋ ਇਸ ਦੇ ਵਾਈਸ ਚੇਅਰਮੈਨ ਨੇ ਤੇ ਹੁਣ ਆਪਾਂ ਦੇਖ ਲੈਨੇ ਆ ਸੀਈਓ ਕੌਣ ਨੇ ਸੀਓ ਇਸ ਦੇ ਹੈਗੇ ਆ ਅਮਤਾਬ ਕਾਂਤ ਜੀ ਠੀਕ ਹੈ ਜੀ ਅਮਿਤਾਬ ਜਿਹੜੇ ਕਾਂਤ ਜੀ ਹੈ ਉਹ ਕੀ ਆ ਇਸ ਦੇ ਸੀਈਓ ਤੇ ਹੋਰ ਆਪਾਂ ਨੀਤੀ ਆਯੋਗ ਬਾਊਟ ਕਿਹੜੀਆਂ-ਕਿਹੜੀਆਂ ਜੜੀਆਂ ਇੰਪੋਰਟੈਂਟ ਗੱਲਾਂ ਯਾਦ ਰੱਖਣੀਆਂ ਠੀਕ ਹੈ ਜੀ ਇੱਕ ਨੀਤੀ ਨੀਤੀ ਹੈ ਜਿਹੜੀ ਨੀਤੀਯੋਗ ਹੈ ਇਹ ਕਾਫੀ ਜਿਹੜੇ ਹੈਗੇ ਆ ਇੰਡੈਕਸ ਰਿਲੀਜ਼ ਕਰਦਾ ਇੰਡੀਆ ਤੇ ਜਿਵੇਂ ਕਿ ਗਲੋਬਲ ਲੈਵਲ ਤੇ ਜਿਹੜੇ ਹੈਗੇ ਆ ਉਹ ਇੰਡੈਕਸ ਗਲੋਬਲ ਲੈਵਲ ਤੇ ਵੀ ਜਿਹੜੇ ਰਿਲੀਜ਼ ਕੀਤੇ ਜਾਂਦੇ ਆ ਤੇ ਨੀਤੀ ਆਯੋਗ ਦੁਆਰਾ ਜਿਹੜੇ ਇੰਡੀਵਿਜੂਅਲੀ ਆ ਸਟੇਟਾਂ ਦੇ ਵਿੱਚ ਜਿਹੜੀ ਹੈਗੀ ਆ ਵੀ ਕਿਹੜੀ ਸਟੇਟ ਨੇ ਟਾਪ ਕੀਤਾ ਵਿਕੀਰੇ ਇਸ ਦੇ ਵਿੱਚ ਵਧੀਆ ਜਿਹੜੀ ਪਰਫਾਰਮੈਂਸ ਰਹੀ ਹੈ ਜਿਸ ਦੀ ਘਟਿਆ ਕਰਫ ਪਰਫਾਰਮੈਂਸ ਰਹੀ ਹੈ ਠੀਕ ਹੈ ਜੀ ਉਹ ਥੋੜੇ ਜਿਹਾ ਆਪਾਂ ਗੱਲ ਕਰ ਲੈਨੇ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਜਿਹੜੇ ਇੰਡੈਕਸ ਹੈ ਜਿਹੜੇ ਰਿਲੀਜ਼ ਕੀਤੇ ਜਾਂਦੇ ਆ ਨੀਤੀਯੋਗ ਬਾਊਟ ਆਪਾਂ ਉਹਨਾਂ ਦੀ ਗੱਲ ਕਰਾਂਗੇ ਠੀਕ ਹੈ ਜੀ ਇੱਕ ਤਾਂ ਇਸ ਦੁਆਰਾ ਕੀ ਕੀਤਾ ਜਾਂਦਾ ਸਕੂਲ এডਿਕੇਸ਼ਨ ਕੁਆਲਟੀ ਇੰਡੈਕਸ ਹੈ ਠੀਕ ਹੈ ਜੀ ਸਕੂਲ এডਿਕੇਸ਼ਨ ਕੁਆਲਟੀ ਇੰਡੈਕਸ ਹੈ ਉਹ ਨੀਤੀ ਆਯੋਗ ਦੁਆਰਾ ਜਿਹੜਾ ਹੈਗਾ ਰਿਲੀਜ਼ ਕੀਤਾ ਜਾਂਦਾ ਠੀਕ ਹੈ ਜੀ ਇਹ ਯਾਦ ਰੱਖਿਓ ਜਿਹੜਾ ਹੈਲਥ ਇੰਡੈਕਸ ਹੈ ਠੀਕ ਹੈ ਜੀ ਹੈਲਥ ਇੰਡੈਕਸ ਵੀ ਨੀਤੀ ਆਯੋਗ ਰਿਲੀਜ਼ ਕਰਦਾ ਠੀਕ ਹੈ ਜੀ ਇੰਡੀਆ ਦਾ ਤੇ ਹੈਲਥ ਇੰਡੈਕਸ ਜਿਹੜਾ ਲਾਸਟ ਆਇਆ ਸੀ ਉਸ ਦੇ ਵਿੱਚ ਕਿਹੜੀ ਸਟੇਟ ਨੇ ਟੌਪ ਕਰਿਆ ਸੀ ਤਤਹਾਨੂੰ ਪਤਾ ਹੋਣਾ ਚਾਹੀਦਾ ਹੈਲਥ ਦੇ ਖੇਤਰ ਵਿੱਚ ਕਰਿਆ ਸੀ ਕੇਰਲਾ ਠੀਕ ਹੈ ਜੀ ਤੇ ਇੱਕ ਹੁੰਦਾ ਇਨੋਵੇਸ਼ਨ ਇੰਡੈਕਸ ਜਿਹੜਾ ਇਨੋਵੇਸ਼ਨ ਇੰਡੈਕਸ ਹੈ ਇਨੋਵੇਸ਼ਨ ਇੰਡੈਕਸ ਹੈ ਇੰਡੀਆ ਲੈਵਲ ਤੇ ਇਹ ਵੀ ਕੌਣ ਰਿਲੀਜ਼ ਕਰਦਾ ਨੀਤੀਯੋਗ ਠੀਕ ਹੈ ਜੀ ਤੇ ਗਲੋਬਲ ਲੈਵਲ ਤੇ ਵੀ ਆਪਾਂ ਇਹ ਕਰਿਆ ਸੀ ਨਾ ਇਸ ਦਾ ਇੰਡੈਕਸ ਜਿਹੜੀ ਹੈਗੀ ਰੈਂਕ ਆਈ ਸੀ ਇੰਡੀਆ ਦੀ 88th ਆਈ ਸੀ ਜਿਹੜੀ ਗਲੋਬਲ ਲੈਵਲ ਤੇ ਗੱਲ ਕਰ ਰਿਹਾ ਇੰਟਰਨੈਸ਼ਨਲ ਲੈਵਲ ਤੇ ਗੱਲ ਕਰ ਰਿਹਾ ਜਿਹੜੀ 48th ਰੈਂਕ ਆਈ ਸੀ ਇੰਡੀਆ ਦੀ ਠੀਕ ਹੈ ਜੀ ਕੰਟਰੀਜ਼ ਦੇ ਵਿੱਚੋਂ 88th ਰੈਂਕ ਸੀ ਤੇ ਜਿਹੜਾ ਇਹ ਗਲੋਬਲ ਜਿਹੜਾ ਇਹ ਇੰਟਰਨੈਸ਼ਨਲ ਇਨੋਵੇਸ਼ਨ ਇੰਡੈਕਸ ਹੈ ਇਹ ਕਿਸ ਦੁਆਰਾ ਜਿਹੜਾ ਹੈਗਾ ਕਿਹੜੀ ਜਿਹੜੀ ਸੰਸਥਾ ਹੈ ਇਸ ਨੂੰ ਰਿਲੀਜ਼ ਕਰਦੀ ਹੈ ਇਸ ਨੂੰ ਵਿਪੋ ਕਰਦੀ ਹੈ ਜਿਸਦੇ ਬਾਊਟ ਆਪਾਂ ਗੱਲਬਾਤ ਕੀਤੀ ਸੀ ਤੇ ਇਸ ਦਾ ਹੈੱਡਕਵਰਟਰ ਦੱਸ ਦਿਓ ਵੀ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਦਾ ਵਿਪੋ ਦੀ ਫੁੱਲ ਫਾਰਮ ਕੀ ਹੈ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਇਸ ਦੀ ਫੁੱਲ ਫਾਰਮ ਹੈ ਤੇ ਇਸ ਦਾ ਹੈੱਡਕਵਰਟਰ ਕਿੱਥੇ ਦੇਖਣ ਨੂੰ ਮਿਲਦਾ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆਨਸਰ ਦੇ ਦਿਓ ਜੀ ਚਲੋ ਆਪਾਂ ਨੀਤੀਯੋਗ ਤੇ ਆਉਣੇ ਆ ਇੰਡੈਕਸ ਤੇ ਆਉਣੇ ਆ ਇਨ કરી 58 ਜਿਹੜਾ ਇੰਟਰਨੈਸ਼ਨਲ ਦਾ ਇਹਦੇ ਬਾਊਟ ਥੋੜਾ ਜਿਹਾ 2019 ਦਾ ਵੀ ਦੱਸ ਦਿੰਨਾ 2019 ਦੇ ਵਿੱਚ ਕਿੰਨੀ ਸੀ 52 ਸੀ ਮਤਲਬ ਚਾਰ ਕਦਮ ਹੈ ਜਿਹੜਾ ਉੱਤੇ ਚਲਾ ਗਿਆ ਇੰਟਰਨੈਸ਼ਨਲ ਲੈਵਲ ਤੇ ਇਨੋਵੇਸ਼ਨ ਇੰਡੈਕਸ ਤੇ ਚਲੋ ਜੀ ਵਾਪਸ ਹਾਂ ਨੇ ਇਨੋਵੇਸ਼ਨ ਇੰਡੈਕਸ ਜਿਹੜਾ ਹੈਗਾ ਰਿਲੀਜ਼ ਕੀਤਾ ਜਾਂਦਾ ਨੀਤੀ ਆਯੋਗ ਦੁਆਰਾ ਵੀ ਇਹ ਜਿਹੜਾ ਕੀਤਾ ਜਾਂਦਾ ਇਸ ਦੇ ਵਿੱਚ ਸ਼ਾਇਦ ਜਿਹੜਾ ਲਾਸਟ ਆਇਆ ਸੀ ਕਰਨਾਟਕਾ ਸੀਐਸ ਦੇ ਵਿੱਚ ਠੀਕ ਹੈ ਜੀ ਟੌਪ ਤੇ ਤੇ ਜਿਹੜਾ ਐਸ ਡੀਜੀ ਹੈ ਜਿਹੜਾ ਠੀਕ ਹੈ ਜੀ ਇੰਡੈਕਸ ਯਾਨੀ ਕਿ ਸਸਟੇਨੇਬਲ ਡਿਵੈਲਪਮੈਂਟ ਜਿਹੜਾ ਗੋਲ ਹੈ ਏ ਵੀ ਇਸ ਦੁਆਰਾ ਜਿਹੜਾ ਹੈਗਾ ਰਿਲੀਜ਼ ਕੀਤੀ ਜਾਂਦੀ ਆ ਰਿਪੋਰਟ ਤੇ ਇਸ ਦੇ ਵਿੱਚ ਟੌਪ ਕਰਨ ਵਾਲੀ ਕਿਹੜੀ ਸਟੇਟ ਹੈ ਇਸ ਦੇ ਵਿੱਚ ਵੀ ਆ ਕੇਰਲਾ ਠੀਕ ਹੈ ਜੀ ਕੇਰਲਾ ਬਹੁਤ ਅੱਗੇ ਜਾ ਰਹੀ ਆ ਹੈਲਥ ਦੇ ਖੇਤਰ ਵਿੱਚ ਪੜਾਈ ਦੇ ਖੇਤਰ ਵਿੱਚ ਠੀਕ ਹੈ ਜੀ ਐਸ ਡੀਜੀ ਦੇ ਵਿੱਚ ਵੀ ਇਹਨੇ ਟੌਪ ਕੀਤਾ ਯਾਦ ਰੱਖਿਓ ਹੁਣ ਨੀਤੀਯੋਗ ਅਬਾਊਟ ਜੇ ਕੋਈ ਗੱਲ ਇਦਾਂ ਦੀ ਇਹਨਾਂ ਚੋਂ ਪੁੱਛੀ ਜਾਂਦੀ ਆ ਤਾਂ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਈ ਹੋਊਗੀ ਕਿੰਨੇ ਚ ਫਾਰਮ ਹੋਈ ਚੇਅਰਮੈਨ ਤੇ ਇਸ ਦੇ ভাইস ਚੇਰਮੈਨ ਸੀਓ ਤੇ ਕਿਹੜੇ ਕਿਹੜੇ ਇੰਡੈਕਸ ਇਸ ਦੁਆਰਾ ਰਿਲੀਜ਼ ਕੀਤੇ ਜਾਂਦੇ ਆ ਤੇ ਉਸ ਤੋਂ ਇੰਡੈਕਸ ਵਿੱਚ ਕਿਹੜਾ ਟੌਪ ਤੇ ਰਿਹਾ ਇਹ ਵੀ ਇੰਪੋਰਟੈਂਟ ਹੋ ਜਾਂਦਾ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆ ਇਹ ਸੀਗਾ ਨੀਤੀਯੋਗ ਦੁਆਰਾ ਜਿਹੜਾ ਵਾਈਟ ਪੇਪਰ ਵਿਜ਼ਨ ਟੂ 2035 ਹੈ ਜਿਹੜਾ ਰਿਲੀਜ਼ ਕੀਤਾ ਗਿਆ ਹੋ ਸਕਦਾ ਵੀ ਇਸ ਟੂ ਬਾਊਟ ਪੁਚਲੈਂਡ ਵੀ ਕਾਦੇ ਨਾਲ ਇਹ ਰਿਲੇਟਡ ਹੈ ਤਾਂ ਪਬਲਿਕ ਹੈਲਥ ਸਰਵੇਲੈਂਸ ਇਨ ਇੰਡੀਆ ਇਸ ਦੇ ਨਾਲ ਇਹ ਰਿਲੇਟ ਕਰਦਾ ਚਲੋ ਜੀ ਅਗਲੀ ਨਿਊਜ਼ ਚੱਲਦੇ ਆ ਜਿਹੜੇ ਬ੍ਰਿਟਿਸ਼ ਦੇ ਪੀਐਮ ਨੇ ਠੀਕ ਹੈ ਜੀ ਕੌਣ ਨੇ ਇਹ ਤੁਸੀਂ ਤਸਵੀਰ ਦੇ ਵਿੱਚ ਦੇਖ ਹੀ ਸਕਦੇ ਹੋ ਇਹਨਾਂ ਦਾ ਨਾਮ ਕੀ ਆ ਬੋਰਿਸ ਜான்ਸਨ ਇਹਨਾਂ ਦਾ ਨਾਮ ਹੈ ਠੀਕ ਹੈ ਜੀ ਬੋਰੀ ਗੱਲ ਬੋਰਿਸ ਕਲੋ ਬੋਰਿਸ ਜான்ਸਨ ਜਿਹੜਾ ਇਹਨਾਂ ਦਾ ਨਾਮ ਹੈ ਇਹ ਕੀ ਹੋਣਗੇ ਜਿਹੜੀ 2021 ਦੇ ਵਿੱਚ ਠੀਕ ਹੈ ਜੀ ਰਿਪਬਲਿਕ ਡੇ ਤੇ ਇਹ ਚੀਫ ਗੈਸਟ ਹੋਣਗੇ ਠੀਕ ਹੈ ਜੀ ਜਿਹੜੀ ਅਪਰੇਡ ਕੱਢੀ ਜਾਂਦੀ ਹੈ ਉਸ ਤੇ ਇਹ ਚੀਫ ਗੈਸਟ ਹੋਣਗੇ ਯਾਦ ਰੱਖਿਓ ਇੰਪੋਰਟੈਂਟ ਹੋ ਜਾਂਦਾ ਹੈ ਪੁੱਛਿਆ ਜਾ ਸਕਦਾ ਹੈ ਵੀ ਜਿਹੜੇ ਰਿਪਬਲਿਕ ਡੇ ਆ ਇਸ ਵਾਰ ਦਾ ਹੋਊਗਾ ਪਿਛਲੀ ਵਾਰ ਜਿਹੜੇ ਹੈਗੇ ਸੀ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਸੀਗੇ ਜਿਹੜੇ ਉਹ ਚੀਫ ਗੈਸਟ ਸੀ ਠੀਕ ਹੈ ਜੀ ਉਹਨਾਂ ਦਾ ਨਾਮ ਆ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ ਬ੍ਰਾਜ਼ੀਲ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਕੀ ਸੀ ਐਜ਼ ਅ ਚੀਫ ਗੈਸਟ ਸੀ ਪਿਛਲੀ ਜਿਹੜੀ 2019 ਦੀ ਰਿਪਬਲਿਕ ਡੇ ਜਿਹੜਾ ਆਪਾਂ ਸੈਲੀਬ੍ਰੇਟ ਕੀਤਾ ਉਸ ਤੇ ਜਿਹੜੇ ਚੀਫ ਗੈਸਟ ਆਏ ਸੀ ਤੇ ਇਸ ਵਾਰ ਕੌਣ ਆਉਣਗੇ ਬਾਰਿਸ ਜான்ਸਨ ਤੇ ਉਹ ਹੁਣੀ ਆਪਣੇ ਦੌਰੇ ਤੇ ਵੀ ਨੇ ਜਿਹੜੇ ਯੂਕੇ ਦੇ ਜਿਹੜੇ ਹੈਗੇ ਆ ਆਪਣੇ ਦੌਰੇ ਤੇ ਆਏ ਹੋਏ ਆ ਇਦਾਂ ਦੇ ਫੋਰਨ ਸੈਕਟਰੀ ਆ ਜਿਹੜੇ ਆਪਣੇ ਇੰਡੀਆ ਦੇ ਦੌਰੇ ਤੇ ਆਏ ਹੋਏ ਆ ਕੱਲ ਦੇ ਆਏ ਹੋਏ ਆ 15 ਦਸੰਬਰ ਦੇ ਆਏ ਹੋਏ ਆ ਉਹਨਾਂ ਬਾਊਟ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਉਸ ਦੀ ਵੀ ਮੈਂ ਸਲਾਈਡ ਰੱਖੀ ਆ ਉਹਨਾਂ ਬਾਊਟ ਵੀ ਕੋਈ ਗੱਲ ਨਹੀਂ ਆਪਾਂ ਕਰਾਂਗੇ ਗੱਲ ਠੀਕ ਹੈ ਇਹਨਾਂ ਦੁਆਰਾ ਜਿਹੜਾ ਹੈਗਾ ਅਕਸੈਪਟ ਕਰ ਲਿਆ ਗਿਆ ਇਹਨਾਂ ਦੁਆਰਾ ਅਕਸੈਪਟ ਕਰ ਲਿਆ ਗਿਆ ਵੀ ਇੰਡੀਆ ਨੇ ਪਹਿਲਾਂ ਇਨਵੀਟੇਸ਼ਨ ਭੇਜਿਆ ਸੀ ਇਹਨਾਂ ਨੇ ਇਹਨਾਂ ਨੇ ਜਿਹੜੇ ਇਹਨਾਂ ਦੇ ਇਹ ਫੋਰਨ ਸੈਕਟਰੀ ਆਇਆ ਹੈ ਡੋਮਨਿਕ ਕਰਾਬਜੀ ਠੀਕ ਹੈ ਉਹਨਾਂ ਨੇ ਕਨਫਰਮ ਕੀਤਾ ਵੀ ਜਿਹੜੇ ਜੌਨਸਨ ਨੇ ਉਹਨਾਂ ਨੇ ਜਿਹੜਾ ਇਹ ਇਨਵੀਟੇਸ਼ਨ ਐਕਸੈਪਟ ਕਰ ਲਿਆ ਤੇ ਉਹ ਚੀਫ ਗੈਸਟ ਹੋਣਗੇ ਠੀਕ ਹੈ ਜੀ ਰਿਪਬਲਿਕ ਡੇ ਤੇ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਇਹ ਸੀ ਕਿ ਇੰਪੋਰਟੈਂਟ ਨਿਊਜ਼ ਵੀ ਕੌਣ ਆ ਰਿਪਬਲਿਕ ਡੇ ਤੇ ਕੌਣ ਚੀਫ ਗੈਸਟ ਹੋਣਗੇ ਤੇ ਜਿੱਦ ਦੇ ਰਿਪਬਲਿਕ ਡੇ ਹੋਇਆ ਆਪਾਂ ਉਹਦੇ ਵੀ ਇਨ ਬਾਊਟ ਗੱਲਬਾਤ ਜ਼ਰੂਰ ਕਰਾਂਗੇ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਯੂਕੇ ਫੋਰਨ ਮਿਨਿਸਟਰ ਜਿਹੜੇ ਹੈਗੇ ਆ ਸੈਕਟਰੀ ਡੋਮਿਨਿਕ ਰਾਬ ਜੀ ਜਿਹੜੇ ਫੋਰ ਡੇ ਦੀ ਵਿਜ਼ਿਟ ਤੇ ਆਏ ਹੋਇਆ ਇੰਡੀਆ ਦੇ ਵਿੱਚ ਠੀਕ ਹੈ ਜੀ ਇਹ ਇਹਨਾਂ ਦੀ ਤਸਵੀਰ ਦੇਖ ਸਕਦੇ ਹੋ ਤੇ ਇਹਨਾਂ ਦਾ ਨਾਮ ਹੈ ਇੰਪੋਰਟੈਂਟ ਹੋ ਜਾਂਦਾ ਡੋਮਿਨਿਕ ਰਾਬ ਠੀਕ ਹੈ ਜੀ ਇੱਕ ਡੋਮਿਨਿਕ ਥੀਮ ਇਹਨਾਂ ਦੇ ਨਾਮ ਤੋਂ ਯਾਦ ਹੁੰਦਾ ਨਾ ਜਿਹੜੇ ਯੂਐਸ ਓਪਨ 2020 ਦੇ ਕੀ ਰਹੇ ਨੇ ਵਿਨਰ ਰਹੇ ਨੇ ਠੀਕ ਹੈ ਜੀ ਇਹ ਖੇਡ ਜਗਤ ਨਾਲ ਰਿਲੇਟਡ ਨਿਊਜ਼ ਹੋ ਗਈ ਚਲੋ ਜੀ ਆਪਾਂ ਅੱਜ ਦੀ ਨਿਊਜ਼ ਤੇ ਆਪਣੀ ਤੇ ਵਾਪਸ ਆਉਣੇ ਆ ਡੋਮਿਨਿਕ ਗਰਾਬ ਜੀ ਇਹ ਜਿਹੜੇ ਇਹ 4 ਦਿਨ ਦੀ ਜਿਹੜੀ ਹੈਗੀ ਆ ਇੰਡੀਆ ਦੀ ਆਫੀਸ਼ੀਅਲ ਵਿਜ਼ਿਟ ਤੇ ਆਏ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਪਹਿਲਾਂ ਕੀ ਜਿਹੜੇ ਆਪਣੇ ਫੋਰਨ ਜਿਹੜੇ ਫੋਰਨ ਅਫੇਅਰ ਦੇ ਮਿਨਿਸਟਰ ਨੇ ਜੈ ਸ਼ੰਕਰ ਜੀ ਠੀਕ ਹੈ ਜੀ ਉਹਨਾਂ ਨਾਲ ਗੱਲਬਾਤ ਕੀਤੀ ਕੱਲ ਤੇ ਹੁਣ ਇਹ ਅੱਗੇ ਕਿਹਦੇ ਕੋਲ ਜਾਣਗੇ ਉਹ ਦੇਖ ਲੈਣੇ ਕਿੰਨਾ-ਕਿੰਨਾ ਨਾਲ ਇਹਨਾਂ ਦੀ ਗੱਲਬਾਤ ਰਹੂਗੀ ਠੀਕ ਹੈ ਜੀ ਐਕਸਟਰਨਲ ਅਫੇਅਰ ਮਿਨਿਸਟਰ ਤਾਂ ਆਪਾਂ ਨੂੰ ਪਤਾ ਲੱਗ ਗਏ ਨੇ ਕੌਣ ਨੇ ਐਸ ਜੈ ਸ਼ੰਕਰ ਜੀ ਆਪਾਂ ਦਾ ਸਿੱਧਾ ਤੇ এনवायरमेंटਲ ਮਿਨਿਸਟਰ ਕੌਣ ਨੇ ਪ੍ਰਕਾਸ਼ ਜਾਵੇੜਕਰ ਜੀ ਠੀਕ ਹੈ ਉਹਨਾਂ ਨਾਲ ਵੀ ਮੀਟ ਕਰਨਗੇ এডਿਕੇਸ਼ਨ ਮਿਨਿਸਟਰ ਆਪਣੇ ਕੌਣ ਨੇ ਰਮੇਸ਼ ਪੋਖਰੀਆਲ ਜੀ ਪਹਿਲਾਂ ਇਹ ਕੀ ਹੁੰਦੀ ਸੀ ਐਚ ਆਰ ਡੀ ਮਿਨਿਸਟਰੀ ਹੁੰਦੀ ਸੀ ਠੀਕ ਹੈ ਹਿਊਮਨ ਰਿਸੋਰਸਸ ਡਿਵੈਲਪਮੈਂਟ ਜਿਹੜੀ ਮਿਨਿਸਟਰੀ ਸੀ ਉਸ ਨੂੰ ਕਦ ਵਿੱਚ ਕਨਵਰਟ ਕਰਿਆ ਗਿਆ এডਿਕੇਸ਼ਨ ਮਿਨਿਸਟਰ এডਿਕੇਸ਼ਨ ਮਿਨਿਸਟਰੀ ਦੇ ਵਿੱਚ ਕਨਵਰਟ ਕਰਿਆ ਗਿਆ ਤੇ ਉਸ ਦੇ ਕੌਣ ਨੇ ਮਿਨਿਸਟਰ ਰਮੇਸ਼ ਪੋਖਰੀਆਲ ਜੀ ਨੇ ਠੀਕ ਹੈ ਜੀ ਇਸ ਤੋਂ ਬਾਅਦ ਇਸ ਤੋਂ ਬਾਅਦ ਕਿੱਥੇ ਜਾਣਗੇ ਇਹਨਾਂ ਦੀ ਮੀਟਿੰਗ ਤੋਂ ਬਾਅਦ ਫਿਰ ਇਹ ਮਿਲਣਗੇ ਜਿਹੜੇ ਕਰਨਾਟਕਾ ਦੇ ਨੇ ਕੌਣ ਨੇ ਕਰਨਾਟਕਾ ਦੇ ਸੀਐਮ ਠੀਕ ਹੈ ਜੀ ਉਹਨਾਂ ਨਾਲ ਮੁਲਾਕਾਤ ਕਰਨੇ YS ਯਦਰਪਾ ਠੀਕ ਹੈ ਜੀ YS ਯਦਰਪਾ ਜੀ ਜਿਹੜੇ ਹੈਗੇ ਆ ਕਰਨਾਟਕਾ ਦੇ ਸੀਐਮ ਨੇ ਉਹਨਾਂ ਨਾਲ ਵੀ ਮੁਲਾਕਾਤ ਹੋਊਗੀ ਠੀਕ ਹੈ ਜੀ ਚਲੋ ਜੀ ਇਹ ਸੀਗੇ ਡੋਮਿਨਿਕ ਰਾਪ ਜੀ ਜਿਹੜੇ ਭਾਰਤੀ ਦੌਰੇ ਤੇ ਆਏ ਹੋਏ ਆ 4 ਦਿਨਾਂ ਦੇਤੇ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਤੇ ਅਗਲੀ ਅਗਲੀ ਜਿਹੜੀ ਨਿਊਜ਼ ਹੈ ਇਸ ਵਿੱਚ ਕੀ ਕਹਿ ਰਿਆ ਜਾ ਰਿਹਾ ਹੈ ਹਿਮਗਰੀ ਠੀਕ ਹੈ ਜੀ ਇੱਕ ਇਹ ਇਦਾਂ ਦਾ ਤੁਸੀਂ ਕਹਿ ਸਕਦੇ ਹੋ ਜਿਹੜਾ ਇਹ ਸ਼ਿਪ ਹੈ ਲਾਂਚ ਕੀਤਾ ਗਿਆ ਹੈ ਠੀਕ ਹੈ ਜੀ ਇਸ ਪ੍ਰੋਜੈਕਟ ਦਾ ਨਾਮ ਕੀ ਹੈ 17 A ਪ੍ਰੋਜੈਕਟ ਹੈ ਹਿਮ ਗਰੀਅਸ ਨੂੰ ਕਿਹਾ ਜਾ ਰਿਹਾ ਹੈ ਠੀਕ ਹੈ ਜੀ ਇਹ ਕਿਸ ਦੁਆਰਾ ਜਿਹੜਾ ਹੈਗਾ ਲਾਂਚ ਕੀਤਾ ਗਿਆ ਜੀ ਆਰ ਐਸ ਈ ਦੁਆਰਾ ਜਿਹੜਾ ਹੈਗਾ ਕੀਤਾ ਗਿਆ ਡਿਫੈਂਸ ਦੇ ਇਸ ਦੇ ਵਿੱਚ ਜਿਹੜਾ ਹੈਗਾ ਡੀਲ ਹੋਈ ਸੀ ਇਸ ਦੇ ਅਬਾਊਟ ਪਹਿਲਾਂ ਤਾਂ ਇਸ ਦਾ ਫੁੱਲ ਫਾਰਮ ਦੇਖ ਲੈਣਾ ਹੈ ਜੀ ਆਰ ਐਸ ਈ ਹੈ ਕੀ ਗਾਰਡਨ ਰਿਸਰਚ ਸ਼ਿਪ ਬਿਲਡਰ ਐਂਡ ਇੰਜੀਨੀਅਰਿੰਗ ਸ਼ਿਪ ਬਿਲਡਰ ਤੁਹਾਨੂੰ ਪਤਾ ਹੀ ਹੋਣਾ ਜਾ ਰਿਹਾ ਹੈ ਕਿ ਗੜੁਆ ਸ਼ੇਪ ਵੈਲਡ ਕਰੂਗਾ ਤੇ ਜਿਹੜਾ ਹੈ ਹੀਮਗਰੀ ਹੈ ਠੀਕ ਹੈ ਜੀ ਇਸ ਦੇ ਵਿੱਚ ਕੋਈ ਵੀ ਜਿਹੜਾ ਇਕਵਿਪਮੈਂਟ ਹੈ ਜਿਹੜੇ ਇਕਵਿਪਮੈਂਟ ਇਸ ਦੇ ਵਿੱਚ ਯੂਜ਼ ਕਰੇ ਗਏ ਆ ਸਾਰੇ ਕੀ ਨੇ ਭਾਰਤੀ ਨੇ ਇਸ ਦੇ ਵਿੱਚ ਕੋਈ ਵੀ ਫੋਰਨ ਤੋਂ ਕੋਈ ਵੀ ਜਿਹੜਾ ਹੈਗਾ ਇੰਪੋਰਟ ਕਰਕੇ ਜਿਹੜਾ ਹੈਗਾ ਨਹੀਂ ਇਹ ਬਣਾਇਆ ਗਿਆ ਇਹ ਭਾਰਤੀ ਮੇਡ ਹੈ ਠੀਕ ਹੈ ਜੀ ਜਿਹੜਾ ਇਹ ਹੀਮਗਰੀ ਬਣਾਇਆ ਗਿਆ ਟੋਟਲੀ ਜਿਹੜਾ ਹੈਗਾ ਇਹ ਭਾਰਤੀ ਮੇਡ ਆ ਯਾਦ ਰੱਖਿਓ ਤੇ ਇਸ ਮੌਕੇ ਤੇ ਕਿਹੜੇ ਸੀਗੇ ਜਿਹੜੇ ਹੈਗਾ ਚੀਫ ਆਫ ਡਿਫੈਂਸ ਸਟਾਫ ਸੈਡੀਆਂਸ ਕੌਣ ਨੇ ਜਨਰਲ ਵਿਪਨ 라ਵਤ ਜੀ ਹੈ ਉਹਨਾਂ ਨੇ ਕਿਹਾ ਵੀ ਇਹ ਇੱਕ ਹਿਸਟੋਰਿਕ ਮੂਮੈਂਟ ਹੈ ਜਿਹੜੇ ਇਹ ਇਸ ਮੂਮੈਂਟ ਤੇ ਇਹ ਸ਼ਾਮਿਲ ਸੀ ਜਦੋਂ ਇਹ ਪਾਣੀ ਦੇ ਵਿੱਚ ਉਤਾਰਿਆ ਗਿਆ ਠੀਕ ਹੈ ਜੀ ਪ੍ਰੋਜੈਕਟ 17A ਹੈ ਇਸ ਦਾ ਨਾਮ ਯਾਦ ਰੱਖੋ ਹੀਮਗਰੀ ਇਹ ਸਾਰਾ ਕਿਹੜਾ ਹੈਗਾ ਆਪਣਾ ਕਹਿ ਸਕਦੇ ਹਾਂ ਵੀ ਇਹ ਇੰਡੀਆ ਮੇਡ ਹੈਗਾ ਇਸ ਦੇ ਵਿੱਚ ਵਧੀਆ ਜਿਹੜੇ ਹੈਗਾ ਐਡਵਾਂਸ ਟੈਕਨੋਲੋਜੀ ਦੀਆਂ ਜਿਹੜੀਆਂ ਚੀਜ਼ਾਂ ਨੇ ਨੈਕਸਟ ਜਨਰੇਸ਼ਨ ਦੀਆਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਵੀ ਇਸ ਵਿੱਚ ਨੈਕਸਟ ਜਨਰੇਸ਼ਨ ਦੀਆਂ ਜਿਹੜੀਆਂ ਚੀਜ਼ਾਂ ਵਰਤੀਆਂ ਗਈਆਂ ਨੇ ਸੈਂਸਰਸ ਵਧੀਆ ਵਰਤੇ ਗਏ ਆ ਤੇ ਜਿਹੜੇ ਇਹਦੇ ਵਿੱਚ ਮਤਲਬ ਆਪਾਂ ਕਹਿ ਸਕਦੇ ਆ ਜਿਹੜੇ ਵਿਪਨ ਵੀ ਆ ਜਿਹੜੇ ਮਤਲਬ ਅੱਗੇ ਦੀ ਅੱਗੇ ਜਿਹੜੇ ਚੈਲੈਂਜਿੰਗ ਇਦਾਂ ਦੇ ਕੰਮ ਆ ਰਹੇ ਆ ਵੀ ਜਿਹੜਾ ਆਪਾਂ ਨੂੰ ਨੇਵੀ ਦੇ ਲਈ ਜਿਹੜੇ ਬਣਾਏ ਜਾ ਰਹੇ ਨੇ ਠੀਕ ਹੈ ਜੀ ਉਹ ਡਿਵੈਲਪ ਕਰਨ ਦੇ ਲਈ ਜਿਹੜਾ ਹੈਗਾ ਇਸ ਦੇ ਨਾਲ ਵੀ ਜੀਆਰਐਸਆਈ ਈ ਨਾਲ ਵੀ ਜਿਹੜਾ ਹੈਗਾ ਐਗਰੀਮੈਂਟ ਹੋਇਆ ਸੀਗਾ ਠੀਕ ਹੈ ਜੀ ਇਹ ਬਣਾ ਰਹੀ ਹੈ ਤੇ ਇਹ ਇਸ ਦਾ ਪਹਿਲਾ ਬਣਾਇਆ ਗਿਆ ਅੱਗੇ ਦੇਖਦੇ ਆਂ ਵੀ ਹੋਰ ਵੀ ਜਿਹੜੇ ਹੈਗੇ ਇਸ ਤਰ੍ਹਾਂ ਕਾਫੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਣੀਆਂ ਜਦੋਂ ਕਿ ਨਿਊਜ਼ ਦੇ ਵਿੱਚ ਆਈਆਂ ਆਪਾਂ ਜ਼ਰੂਰ ਡਿਸਕਸ ਕਰਾਂਗੇ ਠੀਕ ਹੈ ਜੀ ਇਸਬਾਊਟ ਯਾਦ ਰੱਖਿਓ ਹਿਮਗਰੀਆ ਜਿਸ ਜਿਹੜਾ ਪ੍ਰੋਜੈਕਟ 17A ਹੈ ਇਹ ਲਾਂਚ ਕੀਤਾ ਗਿਆ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਮੋਦੀ ਜੀ ਗੁਜਰਾਤ ਦੇ ਵਿੱਚ ਤਾਂ ਹੁਣ ਜਾਂਦੇ ਆਉਂਦੇ ਹੀ ਰਹਿੰਦੇ ਆ ਹੁਣ ਤਾਂ ਡਰ ਲੱਗਿਆ ਪਿਆ ਕਿ ਕਿਤੇ ਗੁਜਰਾਤ ਨੂੰ ਹੀ ਕੈਪੀਟਲ ਨਾ ਬਣਾ ਦੇਣ ਚਲੋ ਜੀ ਅੱਜ ਜਿਹੜੀ ਨਿਊਜ਼ ਦੇ ਵਿੱਚ ਆ ਉਸ ਦੇ ਬਾਰੇ ਆਪਾਂ ਕਰਦੇ ਆ ਡਿਸਕਸ ਵਰਲਡਸ ਲਾਰਜੇਸਟ ਰੀਨਿਊਏਬਲ એનર્ਜੀ ਪਾਰਕ ਹੈ ਕਿੱਥੇ ਬਣਾਇਆ ਜਾਊਗਾ ਕੱਚ ਦੇ ਵਿੱਚ ਠੀਕ ਹੈ ਜੀ ਇਹ ਮਤਲਬ ਜਿਹੜਾ ਇਹ ਖੱਛਾਲਾ ਬਾਰਡਰ ਹੈ ਇਹ ਆਪਾਂ ਨੂੰ ਪਾਕਿਸਤਾਨ ਨਾਲ ਵੀ ਥੋੜਾ ਜਿਹਾ ਲੱਗਦਾਗਾ ਜਿਹੜਾ ਬਾਰਡਰ ਹੈ ਸ਼ੇਅਰ ਕਰਦਾ ਪਾਕਿਸਤਾਨ ਦੇ ਨਾਲ ਜਿਹੜਾ ਇਹ ਕੱਚ ਵਾਲਾ ਏਰੀਆ ਹੈਗਾ ਗੁਜਰਾਤ ਦੇ ਨਾਲ ਜਿਹੜਾ ਪਾਕਿਸਤਾਨ ਦੀ ਜਿਹੜੀ ਬਾਉਂਡਰੀ ਸ਼ੇਅਰ ਹੁੰਦੀ ਹੈ ਉੱਥੇ ਹੀ ਇਹ ਜਿਹੜਾ ਹੈਗਾ ਰੀਨਿਊਏਬਲ એનર્ਜੀ ਪਾਰਕ ਜਿਹੜਾ ਬਣਾਇਆ ਜਾ ਰਿਹਾ ਹੈਗਾ ਗੁਜਰਾਤ ਦੇ ਵਿੱਚ ਜਿਹੜਾ ਬਣਾਇਆ ਜਾ ਰਿਹਾ ਹੈ ਯਾਦ ਰੱਖਿਓ ਵਰਲਡਸ ਲਾਰਜੇਸਟ ਵਰਲਡਸ ਲਾਰਜੇਸਟ ਜੇਦੋਂ ਗੱਲ ਆ ਗਈ ਤਾਂ ਇੰਪੋਰਟੈਂਟ ਹੈ ਰੀਨਿਊਏਬਲ એનર્ਜੀ ਪਾਰਕ ਕਿੱਥੇ ਬਣਾਇਆ ਜਾਊਗਾ ਤਾਂ ਸਟੇਟ ਪੁੱਛ ਲੈਂਦੇ ਤਾਂ ਗੁਜਰਾਤ ਦੇ ਵਿੱਚ ਤੇ ਕੱਚ ਦੇ ਵਿੱਚ ਠੀਕ ਹੈ ਜੀ ਗੁਜਰਾਤ ਦੇ ਕੱਚ ਦੇ ਵਿੱਚ ਇਹ ਬਣਾਇਆ ਜਾਣਾ ਹਾਈਬ੍ਰਿਡ ਰੀਨਿਊਏਬਲ એનર્ਜੀ ਪਾਰਕ ਉੱਤੇ ਜਿਹੜੇ ਗੁਜਰਾਤ ਦੇ ਦੌਰੇ ਤੇ ਗਏ ਸੀ ਤਾਂ ਕਾਫੀ ਕੁਝ ਕੀਤਾ ਇਹ ਉਦੋਂ ਵੀ ਕਿ ਅਸੀਂ ਜਦੋਂ ਸਰਦਾਰ ਬੱਲਬਾਈ ਪਟੇਲ ਜੀ ਦਾ ਜਨਮ ਸੀ ਉਦੋਂ ਗਏ ਸੀ ਤੇ ਹੁਣ ਆਪਾਂ ਕੱਲ ਡਿਸਕਸ ਕਰਿਆ ਸੀ 15 ਦਸੰਬਰ ਨੂੰ ਉਦਦੇ ਕੀ ਸੀ ਇਹਨਾਂ ਦੀ ਡੈਥ ਐਨੀਵਰਸਰੀ ਸੀ ਸਰਦਾਰ ਬੱਲਬਾਈ ਪਟੇਲ ਜੀ ਦੀ ਜਿਨ੍ਹਾਂ ਦਾ ਬਣਿਆ ਹੋਇਆਗਾ ਸਟੈਚੂ ਗੁਜਰਾਤ ਦੇ ਵਿੱਚ ਇਹ ਵੀ ਯਾਦ ਰੱਖਿਓ ਜਿਨ੍ਹਾਂ ਦੇ ਸਟੈਚੂ ਸਟੈਚੂ ਆਫ ਯੂਨਿਟੀ ਕਹਿੰਦੇ ਤੇ ਸਟਾਰਟਿੰਗ ਦੇ ਵਿੱਚ ਹੀ ਆਪਾਂ ਕੁਐਸਚਨ ਡਿਸਕਸ ਕਰਿਆ ਸੀ ਜਿਨ੍ਹਾਂ ਦੀ ਬੁੱਤ ਦੀ ਲੰਬਾਈ ਕਿੰਨੀ ਆ 182 ਮੀਟਰ ਤੇ ਇਹ ਜਿਹੜਾ ਪਾਰਕ ਹੈ ਕਿੱਥੇ ਬਣਾਇਆ ਜਾ ਰਿਹਾ ਹੈ ਗੁਜਰਾਤ ਦੇ ਵਿੱਚ ਬਣਾਇਆ ਜਾ ਰਿਹਾ ਹੈ ਲਾਰਜੇਸਟ ਰੀਨਿਊਏਬਲ એનર્ਜੀ ਪਾਰਕ ਵਰਲਡ ਦਾ ਸਭ ਤੋਂ ਲਾਰਜੇਸਟ ਕਿਹਾ ਜਾ ਰਿਹਾ ਹੈ ਤਾਂ ਇੰਪੋਰਟੈਂਟ ਹੈ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਇਹ ਸੀਗਾ ਪਾਰਕ ਜਿਹੜਾ ਕਰਿਆ ਜਾ ਰਿਹਾ ਹੈ ਵੈਸੇ ਆਪਾਂ ਪਾਰਕ ਜਿਹੜੇ ਕਰਿਆ ਰੀਸੈਂਟਲੀ ਜਿਹੜੇ ਨਿਊਜ਼ ਦੇ ਵਿੱਚ ਸੀ ਉਹਨਾਂ ਬਾਊਟ ਵੀ ਥੋੜਾ ਜਿਹਾ ਦੇਖ ਲੈਨੇ ਆ ਮੋਸ ਗਾਰਡਨ ਜਿਹੜਾ ਮੋਸ ਗਾਰਡਨ ਬਣਾਇਆ ਗਿਆ ਸੀ ਕਿੱਥੇ ਸੀ ਬਈ ਮੋਸ ਗਾਰਡਨ ਯੂਕੇ ਯੂਨਾਈਟਿਡ ਕਿੰਗਡਮ ਨਹੀਂ ਉੱਤਰਾਖੰਡ ਤੇ ਇੱਕ ਸੀਗਾ ਆਪਣਾ ਆਰ ਤੇ ਜਿਹੜਾ ਪੈਂਦਾ ਸੀ ਠੀਕ ਹੈ ਜੀ ਅਸਾਮ ਦੇ ਵਿੱਚ ਵੀ ਜਿਹੜਾ 6th ਤੋਂ ਉਹਨਾਂ ਨੂੰ ਨੈਸ਼ਨਲ ਪਾਰਕ ਬਣਨਾ ਹੈਗਾ ਜਿਹੜੇ ਪਾਰਕ ਨਾਲ ਜਾਂ ਗਾਰਡਨ ਨਾਲ ਰਿਲੇਟਡ ਆਪਾਂ ਉਹ ਗੱਲ ਕਰਦੇ ਆਂ ਤੇ ਟਾਇਰ ਪਾਰਕ ਵੀ ਬਣਾਇਆ ਜਾਣਾ ਹੈ ਟਾਇਰ ਪਾਰਕ ਕਿੱਥੇ ਬਣਾਇਆ ਜਾਣਾ ਸੀ ਵੈਸਟ ਬੰਗਾਲ ਠੀਕ ਹੈ ਜੀ ਵੈਸਟ ਬੰਗਾਲ ਦੇ ਵਿੱਚ ਜਿਹੜਾ ਜੂਟ ਦੇ ਪ੍ਰੋਡਕਸ਼ਨ ਦੇ ਵਿੱਚ ਨੰਬਰ 1 ਹੈ ਠੀਕ ਹੈ ਜੀ ਜੇ ਕਈ ਵਾਰ ਪੁੱਛ ਲਿਆ ਜਾਂਦਾ ਹੈ ਵੀ ਜਿਹੜੇ ਜੂਟ ਦੇ ਪ੍ਰੋਡਕਸ਼ਨ ਦੇ ਵਿੱਚ ਕੰਟਰੀ ਪੁੱਛ ਲਈ ਜਾਊ ਤਾਂ ਉਸ ਦਾ ਆਨਸਰ ਕੀ ਹੋਊਗਾ ਬੰਗਲਾਦੇਸ਼ ਠੀਕ ਹੈ ਜੀ ਬੰਗਲਾਦੇਸ਼ ਜਿਸ ਦੇ ਨਾਲ ਆਪਣੀ ਦੇਸ਼ ਦੀ ਸਭ ਤੋਂ ਜਿਹੜੀ ਆਪਾਂ ਕਹਿ ਸਕਦੇ ਹਾਂ ਵੱਧ ਜਿਹੜੀ ਬਾਉਂਡਰੀ ਟੱਚ ਕਰਦੀ ਹੈ ਉਹ ਬੰਗਲਾਦੇਸ਼ ਦੇ ਨਾਲ ਆਪਣੀ ਜਿਹੜੀ ਕੰਟਰੀ ਹੈ ਸ਼ੇਅਰ ਕਰਦੀ ਹੈ ਤੇ ਇਹੀ ਕੰਟਰੀ ਜਿਹੜੀ ਕੰਟਰੀ ਵੱਲੋਂ ਪੁੱਛਿਆ ਜਾਊਗਾ ਤਾਂ ਇਹ ਜੂਟ ਤੇ ਪ੍ਰੋਡਕਸ਼ਨ ਦੇ ਨੰਬਰ 1 ਹੈ ਜੇ ਇੰਡੀਆ ਦੇ ਵਿੱਚ ਇੰਡੀਵਿਜੂਅਲੀ ਪੁੱਛਿਆ ਜਾਊਗਾ ਇਸ ਦਾ ਆਨਸਰ ਹੋਊਗਾ ਬੈਸਟ ਬੰਗਾਲ ਠੀਕ ਹੈ ਜੀ ਜਿੱਥੇ ਸਬਜ਼ੀਆਂ ਦੇ ਵੈਜੀਟੇਬਲ ਦੇ ਵਿੱਚ ਵੀ ਇਹ ਨੰਬਰ 1 ਹੈ ਠੀਕ ਹੈ ਜੀ ਏਸ ਗਏ ਕੋਸ਼ਕ ਬੈਸਟ ਬੰਗਾਲ ਦੇ ਨਾਲ ਗੱਲਾਂ ਕਰੀਆਂ ਟਾਇਰ ਪਾਰਕ ਉੱਥੇ ਬਣਾਇਆ ਜਾਣਾ ਸਵਛ ਪਾਰਕ ਦੀ ਗੱਲ ਕਰ ਲਿਆ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਠੀਕ ਹੈ ਜੀ ਜਿਹੜੇ ਰੀਸੈਂਟ ਰੀਸੈਂਟ ਨਿਊਜ਼ ਦੇ ਵਿੱਚ ਸੀ ਉਹ ਆਪਾਂ ਡਿਸਕਸ ਕਰਿਆ ਇੱਕ ਇਕੋ ਬ੍ਰਿਜ ਵੀ ਬਣਾਇਆ ਗਿਆ ਉੱਤਰਾਖੰਡ ਤੋਂ ਮੈਨੂੰ ਯਾਦ ਆਇਆ ਇਕੋ ਬ੍ਰਿਜ ਠੀਕ ਹੈ ਜੀ ਇਕੋ ਫ੍ਰੈਂਡਲੀ ਬ੍ਰਿਜ ਜਿਹੜਾ ਬਣਾਇਆ ਗਿਆ ਹਨ ਜਿਵੇਂ ਬਾਂਦਰ ਹੋਗੇ ਜਾਂ ਗਲੈਰੀਆਂ ਹੋਗੀਆਂ ਉਹਨਾਂ ਦੇ ਲਈ ਇੱਕ ਬ੍ਰਿਜ ਬਣਾਏ ਗਏ ਆ ਇਕੋ ਫ੍ਰੈਂਡਲੀ ਕਿਉਂ ਕਿਹਾ ਜਾ ਰਿਹਾ ਹੈ ਇਹ ਬਾਸ ਬੰਬੂ ਇਦਾਂ ਦੇ ਜਿਹੜੇ ਨੇਚਰਲੀ ਜੜੀਆਂ ਚੀਜ਼ਾਂ ਨੇ ਉਹਨਾਂ ਤੋਂ ਜਿਹੜਾ ਹੈਗਾ ਇਹ ਬਣਾਇਆ ਗਿਆਗਾ ਪੌਲੀਟਿਕਾ ਸੜਕਾਂ ਤੇ ਬਣਾਇਆ ਗਿਆ ਵੀ ਉਹ ਕ੍ਰੋਸ ਕਰਨ ਤਾਂ ਉਹਨਾਂ ਦੇ ਉੱਤੋਂ ਉਹਨਾਂ ਨੂੰ ਕ੍ਰੋਸ ਕਰਨਾ ਈਜ਼ੀ ਹੋ ਜਾਏ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਇਹ ਕੁਝ ਗੱਲਾਂ ਜ਼ਿਆਦਾ ਆਈਆਂ ਆ ਆਪਾਂ ਸ਼ੇਅਰ ਕਰੀਆਂ ਰਿਵੀਜ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੇ ਆਪਾਂ ਰੋਜ਼ ਦੀ ਰੋਜ਼ ਮਤਲਬ ਕਰੀ ਜਾਈਏ ਕਰੰਟ ਅਫੇਅਰ ਤੇ ਪਿਛਲਾ ਨਹੀਂ ਫੇਰਾਂਗੇ ਤਾਂ ਉਸ ਦਾ ਕੋਈ ਫਾਇਦਾ ਹੀ ਨਹੀਂ ਪਿਛਲਾ ਯਾਦ ਵੀ ਨਹੀਂ ਰਹਿੰਦਾ ਰਿਵੀਜ਼ਨ ਸਭ ਤੋਂ ਜ਼ਰੂਰੀ ਆ ਰਿਵੀਜ਼ਨ ਕਰਨੀ ਬਹੁਤ ਜ਼ਰੂਰੀ ਆ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਜਿਹੜੇ ਮੈਨ ਮਾਰਦੇ ਨੇ ਪਾਉਲ ਸਿੰਘ ਜੀ ਮੈਨ ਮਾਰ ਨਾਲ ਰਿਲੇਟਡ ਨਿਊਜ਼ ਆਈ ਹੈ ਇੰਪੋਰਟੈਂਟ ਹੈ ਆਪਣਾ ਗਵਾਂਟੀਦੇਸ਼ ਹੈ ਠੀਕ ਹੈ ਜੀ ਤੇ ਜਿਹੜਾ ਇਹ ਪਾਉਲ ਸਿੰਘ ਜੀ ਨੇ ਇਹਨਾਂ ਨੇ ਕਿਹੜਾ ਜਿਹੜਾ ਹੈਗਾ ਇਹਨਾਂ ਨੂੰ ਪ੍ਰਾਈਜ਼ ਮਿਲਿਆਗਾ 골ਡਨ ਮੈਨ এনवायरमेंटਲ ਪ੍ਰਾਈਜ਼ ਜਿਹੜਾ ਹੈਗਾ ਮਿਲਿਆ এনवायरमेंट ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਚਾਹੀਦਾ ਹੈ ਵੀ ਜਦੋਂ এনवायरमेंट ਜਦੋਂ এনवायरमेंट ਦੇ ਵਿੱਚ ਹੀ ਕੋਈ ਇਹਨਾਂ ਦਾ ਜਿਹੜਾ ਯੋਗਦਾਨ ਹੋਊਗਾ ਥੋ ਕਲੀਅਰ ਹੈ ਤੇ ਉਹ ਗੱਲ ਕਰ ਲੈਣੇ ਆ ਵੀ ਕੀ ਯੋਗਦਾਨ ਹੈ ਠੀਕ ਹੈ ਜੀ ਮੈਨਮਾਰ ਦੇ ਵਿੱਚ ਜਿਹੜਾ ਇੱਕ ਸਲਵਿਨ ਪੀਸ پارک ਹੈ ਜਿਹੜਾ ਬਣਾਇਆ ਗਿਆ ਇਸ ਦੇ ਵਿੱਚ ਇਹਨਾਂ ਨੇ ਕਾਫੀ ਜਿਹੜਾ ਹੈਗਾ ਸਾਥ ਦਿੱਤਾ ਹੈ ਤਾਂ ਕਰਕੇ ਇਹਨਾਂ ਨੂੰ ਜਿਹੜਾ ਗੋਲਡਮੈਨ এনवायरमेंटਲ ਪ੍ਰਾਈਸ ਮਿਲੇਗਾ ਜੇ ਕੁਐਸਚਨ ਕਦੇ ਬਣ ਜਾਂਦਾ ਸਲਵਿਨ ਪੀਸ پارک ਕਿਹੜੀ ਕੰਟਰੀ ਦੇ ਵਿੱਚ ਹੈ ਤਾਂ ਉਸ ਦਾ ਆਨਸਰ ਹੋਊਗਾ ਮੈਨਮਾਰ ਕਿਉਂਕਿ ਰੀਸੈਂਟ ਨਿਊਜ਼ ਦੇ ਵਿੱਚ ਹੈ ਹੋ ਸਕਦਾ ਵੀ ਕੁਐਸਚਨ ਬਣ ਜੇ ਤੇ ਇਹ థਾਈਲੈਂਡ ਦੇ ਜਿਹੜਾ ਬਾਰਡਰ ਦੇ ਨੇੜੇ ਆ ਠੀਕ ਹੈ ਜੀ ਉਸ ਦੇ ਬਾਰਡਰ 'ਤੇ ਹੈ ਸਲਵਿਨ ਪੀਸ پارک پارک ਦਾ ਨਾਮ ਜ਼ਰੂਰ ਯਾਦ ਰੱਖਿਓ ਤੇ ਇਹ ਜਿਹੜੇ ਨਾਮ ਨੇ ਪਾਉਲ ਸੇਨ ਤਵਾ ਠੀਕ ਹੈ ਜੀ ਪਾਉਲ ਵਾਕਰ ਨਹੀਂ ਇਹਨੂੰ ਵੀ ਅਸੀਂ ਪਾਉਲ ਵਾਕਰ ਨਾਲ ਤੁਸੀਂ ਰਿਲੇਟ ਕਰਕੇ ਜ਼ਰੂਰ ਯਾਦ ਕਰ ਸਕਦੇ ਹੋ ਜੇ 골ਡਮੈਨ এনवायरमेंट ਪ੍ਰਾਈਜ਼ ਹੈ ਤਾਂ ਉਹ ਕਿਹਨੂੰ ਦਿੱਤਾ ਗਿਆ ਸਮਝ ਰਹੇ ਹੋ ਪਾਉਲ ਵਾਕਰ ਯਾਨੀ ਕਿ ਪਾਉਲ ਸੇਨ ਪਾਉਲ ਸੇਨ ਠੀਕ ਹੈ ਜੀ ਇਹਦਾ ਰਿਲੇਟ ਕਰਕੇ ਤੁਸੀਂ ਜ਼ਰੂਰ ਪੜ੍ਹ ਸਕਦੇ ਹੋ ਕਾਦੇ ਕੋ ਫਾਊਂਡਰ ਨੇ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ এনवायरमेंट ਐਂਡ ਸੋਸ਼ਲ ਐਕਸ਼ਨ ਨੈਟਵਰਕ ਹੈ ਇਸ ਦੇ ਕੋ ਫਾਊਂਡਰ ਨੇ ਜਿਹੜੀ ਕਿ 2001 ਦੇ ਵਿੱਚ ਸਟੈਬਲਿਸ਼ ਹੋਈ ਸੀ ਠੀਕ ਹੈ ਜੀ ਸਲੋਵਿਨ ਪੀਸ پارک ਦੇ ਵਿੱਚ ਬਣਾਉਣ ਦੇ ਵਿੱਚ ਇਹਨਾਂ ਨੇ ਹੈਲਪ ਕਰੀ ਹੈ ਤਾਂ ਕਰਕੇ ਜਿਹੜਾ ਹੈਗਾ ਇਹਨਾਂ ਨੂੰ 골ਡ ਮੈਨ এনवायरमेंटਲ ਪ੍ਰਾਈਜ਼ ਦਿੱਤਾ ਗਿਆ ਤੇ ਇਹ 골ਡ ਮੈਨ এনवायरमेंटਲ ਪ੍ਰਾਈਜ਼ ਬਾਊਟ ਥੋੜੀ ਜੀ ਗੱਲ ਕਰ ਲੈਣੇ ਆਂ ਵੀ ਇਹ ਕਿਹੜੇ ਲੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈ ਕੋਈ ਵੀ এনवायरमेंटਲ ਨਾਲ ਜਿਹੜੀ ਵੀ ਐਕਟੀਵਿਟੀ ਹੁੰਦੀ ਹੈ ਉਸ ਤੇ ਲਈ ਦਿੱਤਾ ਜਾਂਦਾ ਹੈ ਵਰਲਡ ਦੇ ਜਿਹੜੇ 6 ਜੀਓਗ੍ਰਾਫਿਕ ਰੀਜਨ ਆ ਉਹਨਾਂ ਦੇ ਵਿੱਚ ਦਿੱਤਾ ਜਾਂਦਾ ਜੇ ਉਹਨਾਂ ਰੀਜਨ ਦੇ ਵਿੱਚ ਕੋਈ ਇਦਾਂ ਦੀ ਐਕਟੀਵਿਟੀ ਹੁੰਦੀ ਹੈ ਕਿਹੜਾ ਅਫਰੀਕਾ ਏਸ਼ੀਆ ਯੂਰੋਪ ਆਈਸਲੈਂਡ ਠੀਕ ਹੈ ਜੀ ਆਈਸਲੈਂਡ ਨੇਸ਼ਨ ਨਾਰਥ ਅਮਰੀਕਾ ਸਾਊਥ ਐਂਡ ਸੈਂਟਰਲ ਅਮਰੀਕਾ ਇਹਨਾਂ ਦੇ ਵਿੱਚ ਹੀ ਦਿੱਤਾ ਜਾਂਦਾ ਠੀਕ ਹੈ ਜੀ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਹਾਂ ਜਿਹੜਾ ਲੋਸਰ ਹੈ ਠੀਕ ਹੈ ਜੀ ਇਹ ਕੀ ਹੈ ਨਿਊ ਇਅਰ ਦਾ ਜਿਹੜੀ ਸੈਲੀਬ੍ਰੇਸ਼ਨ ਹੈ ਇਹ ਕਿੱਥੇ ਕੀਤੀ ਜਾ ਰਹੀ ਹੈ ਲਦਾਖ ਦੇ ਵਿੱਚ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਇਹ ਲੋਸਰ ਹੈ ਠੀਕ ਹੈ ਜੀ ਐਸ ਦਾ ਜਿਹੜਾ ਇਹਨੂੰ ਨਿਊ ਇਅਰ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਵੇ ਵੀ ਕਿੱਥੇ-ਕਿੱਥੇ ਕੀਤਾ ਜਾਂਦਾ ਇੱਕ ਤਾਂ ਲਦਾਖ ਦੇ ਵਿੱਚ ਕੀਤਾ ਜਾਂਦਾ ਠੀਕ ਹੈ ਜੀ ਹੋਰ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀਤਾ ਜਾਂਦਾ ਤੇ ਇੱਕ ਕੀਤਾ ਜਾਂਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਈਸਟਰਨ ਜਿਹੜੀ ਸਟੇਟ ਆਪਣੀ ਮੋਸਟ ਈਸਟਰਨ ਸਟੇਟ ਕਿਹੜੀ ਆ ਅਰੁਣਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਤੇ ਲਦਾਖ ਠੀਕ ਹੈ ਜੀ ਨਾਰਥ ਦੇ ਵਿੱਚ ਆਪਣੇ ਲਦਾਖ ਪੈਂਦਾ ਤਾਂ ਇਹਨਾਂ ਦੇ ਵਿੱਚ ਕੀਤਾ ਜਾਂਦਾ ਤੇ ਲਦਾਖ ਦੇ ਜਿਹੜੇ ਲੈਫਟ ਇਨੈਂਡ ਕੋਰਨਰ ਆ ਇੰਪੋਰਟੈਂਟ ਹੁੰਦੇ ਆ ਕੌਣ ਨੇ आरके माथुर जी ਜਿਹੜੇ ਹੈਗੇ ਆ ਲੈਫਟੀਨੈਂਟ ਗਵਰਨਰ ਦੇ ਕਿੱਥੋਂ ਦੇ ਨੇ ਲਦਾਖ ਦੇ ਤੇ ਜੰਮੂ ਐਂਡ ਕਸ਼ਮੀਰ ਦੀ ਵੀ ਗੱਲ ਕਰ ਲੈਨੇ ਆ ਜਦੋਂ ਇਹ ਲਦਾਖ ਦਾ ਨਾਮ ਆ ਗਿਆ ਜੰਮੂ ਐਂਡ ਕਸ਼ਮੀਰ ਜਿਹੜੀ ਇਹ ਯੂਨੀਅਨ ਟੈਰੀਟਰੀ ਆ ਉੱਥੋਂ ਦੇ ਲੈਫਟੀਨੈਂਟ ਗਵਰਨਰ ਕੌਣ ਦੇਖਣ ਨੂੰ ਮਿਲਦੇ ਆ ਮਨੋਜ ਸਿਨਾ ਜੀ ਠੀਕ ਹੈ ਜੀ ਮਨੋਜ ਸਿਨਾ ਜੀ ਹੈ ਜਿਹੜੇ ਉੱਥੋਂ ਦੇ ਕੀ ਦੇਖਣ ਨੂੰ ਮਿਲਦੇ ਆ ਆਪਾਂ ਨੂੰ ਲੈਫਟੀਨੈਂਟ ਗਵਰਨਰ ਮਿਲ ਜਾਂਦੇ ਆ ਦੋਨਾਂ ਦੇ ਨਾਮ ਇੰਪੋਰਟੈਂਟ ਹੁੰਦਾ ਆ ਆਰਕੇ ਮਾਥੁਰ ਲਦਾਖ ਮਨੋਜ ਸਿਨਾ ਜੰਮੂ ਐਂਡ ਕਸ਼ਮੀਰ ਠੀਕ ਹੈ ਜੀ ਤੇ ਹੈ ਲੋਸਰ ਜਿਹੜਾ ਹੈਪੀ ਲੋਸਰ ਜਿਹੜਾ सेलिब्रेट ਕੀਤਾ ਕਰਿਆ ਜਾ ਰਿਹਾ ਹੈ ਲਦਾਖ ਦੇ ਵਿੱਚ ਕਰਿਆ ਜਾ ਰਿਹਾ ਹੈ ਠੀਕ ਹੈ ਜੀ ਤੇ ਹੋਰ ਕਿਹੜੀਆਂ-ਕਿਹੜੀਆਂ ਸਟੇਟਸ ਦੇ ਵਿੱਚ ਦੇਖਣ ਨੂੰ ਮਿਲਦਾ ਉਹ ਵੀ ਇੰਪੋਰਟੈਂਟ ਹੁੰਦੀਆਂ ਹਿਮਾਚਲ ਪ੍ਰਦੇਸ਼ ਤੇ ਔਰ ਨਾਚਲ ਪ੍ਰਦੇਸ਼ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਤੇ ਇਹ ਆਪਾਂ ਲਦਾਖ ਦੀ ਗੱਲ ਕਰੀ ਹੈ ਚਲੋ ਜੀ ਅਗਲੀ ਨੂੰ ਇਸ ਤੇ ਚੱਲਦੇ ਆਂ ਚਲੋ ਜੀ ਇਹ ਸੀਗੀਆਂ ਅੱਜ ਦੀਆਂ ਨਿਊਜ਼ ਸਮਾਪਤ ਤੇ ਇਹ ਆ ਕਰੰਟ ਅਫੇਅਰਸ ਦੇ ਵਿੱਚੋਂ ਜਿਹੜੇ ਕੁਐਸਚਨ ਬਣਾਏ ਆ ਇੰਪੋਰਟੈਂਟ ਨੇ ਇਹਨਾਂ ਦਾ ਅਨਸਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣੇ ਆ ਠੀਕ ਹੈ ਜੀ ਤੇ ਲੈਕਚਰ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੜਾ ਧਿਆਨ ਨਾਲ ਸੁਣਿਆ ਕਰੋ ਤੇ ਜਿਹੜੇ ਇਹ ਕੁਐਸਚਨਸ ਹੁੰਦੇ ਆ ਇਹਨਾਂ ਦੇ ਆਨਸਰ ਵੀ ਜਰੂਰ ਦਿਆ ਕਰੋ ਤੇ ਤੁਸੀਂ ਜੇ ਇਸ ਜਿਹੜਾ ਲੈਕਚਰ ਹੈ ਇਸ ਦਾ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਟੈਲੀਗ੍ਰam ਤੇ ਚੈਨਲ ਬਣਿਆ ਹੋਇਆ ਉੱਥੇ ਵੀ ਜਾ ਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਕੋਈ ਵੀ ਇਨਕੁਆਰੀ ਹੁੰਦੀ ਹੈ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਕਾਫੀ ਜਿਹੜੇ ਹੈਗੇ ਪੀਡੀਐਫ ਪਏ ਆ ਕੋਈ ਗੱਲ ਨਹੀਂ ਮੈਂ ਸਾਰੇ ਅਪਲੋਡ ਕਰ ਦਾਂਗਾ ਆ ਆਪਾਂ ਕੁਐਸਚਨ ਦੇਖ ਲੈਣੇ ਆ ਕਿਹੜੇ ਨੇ ਹੂ ਇਜ਼ ਦਾ ਵਿਨਰ ਆਫ ਗੋਲਡਮੈਨ এনवायरमेंटਲ ਪ੍ਰਾਈਜ਼ ਹੁਣੀ ਆਪਾਂ ਡਿਸਕਸ ਕਰਕੇ ਹਣੀ ਆ ਇਸ ਆਨਸਰ ਦੇ ਦਿਓ ਹੂ ਵਿਲ ਬੀ ਚੀਫ ਗੈਸਟ ਠੀਕ ਹੈ ਜੀ ਐਟ ਰਿਪਬਲਿਕ ਡੇ ਪਰੇਡ ਨੈਕਸਟ ਇਅਰ ਯਾਨੀ ਕਿ 2021 ਦੀ ਜਿਹੜੀ ਆਪਣੀ ਰਿਪਬਲਿਕ ਡੇ ਤੇ ਪਰੇਡ ਹੋਣੀ ਆ ਉਸ ਤੇ ਚੀਫ ਗੈਸਟ ਕੌਣ ਰਹਿਣਗੇ ਇਹ ਵੀ ਆਪਾਂ ਸਟਾਰਟਿੰਗ ਦੇ ਵਿੱਚ ਕਰਿਆ ਸੀ ਡਿਸਕਸ ਇੰਟਰਨੈਸ਼ਨਲ ਮਾਊਂਟੇਨ ਡੇ ਕਿਹੜੇ ਦਿਨ ਆ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਇਹ ਆਪਾਂ ਪਿਛਲੀ ਕਾਫੀ ਇੱਕ ਦੋ ਦਿਨ ਪਹਿਲਾਂ ਜਿਹੜਾ ਹੈਗਾ ਡਿਸਕਸ ਕਰਿਆ ਸੀਗਾ ਠੀਕ ਹੈ ਜੀ ਜਰੂਰ ਦੱਸ ਦਿਓ ਚਲੋ ਮੈਂ ਇਹਦੇ ਵਿੱਚ ਆਪਸ਼ਨ ਵੀ ਦੇ ਦੇਣਾ 10 ਦਸੰਬਰ ਠੀਕ ਹੈ ਜੀ 11 ਦਸੰਬਰ 12 ਦਸੰਬਰ ਤੇ 13 ਦਸੰਬਰ ਇਹਨਾਂ ਚੋਂ ਦੱਸ ਦਿਓ ਇਨਾ 4 ਦੇ ਵਿੱਚੋਂ ਇੱਕ ਆਪਸ਼ਨ ਆ ਚੁਸ ਕਰ ਲਿਓ ਕਿਹੜੀ ਆ ਤੇ 4th ਕੁਐਸਚਨ ਦੇਖ ਲੈਣਾ ਵੈਨ ਨੀਤੀਯੋਗ ਫਾਰਮਡ ਠੀਕ ਹੈ ਜੀ ਕਦੋਂ ਇਹ ਫਾਰਮ ਹੋਇਆਗਾ ਮਤਲਬ ਇਹ ਨੀਤੀਯੋਗ ਪਹਿਲਾਂ ਇਹ ਪਲਾਨਿੰਗ ਕਮਿਸ਼ਨ ਸੀਗਾ ਹੂ ਇਜ਼ ਦਾ ਵਾਈਸ ਚੇਅਰਮੈਨ ਆਫ ਨੀਤੀਯੋਗ ਤੇ ਵਾਈਸ ਚੇਅਰਮੈਨ ਦਾ ਤੁਸੀਂ ਨਾਮ ਜ਼ਰੂਰ ਲਿਖ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਜ਼ਰੂਰ ਦਿਆ ਕਰੋ ਜੀ ਠੀਕ ਹੈ ਜਿੰਨੇ ਵੀ ਦੇਖ ਰਹੇ ਹੋ ਖੁਦ ਨੂੰ ਟੈਸਟ ਕਰਨਾ ਜ਼ਰੂਰੀ ਹੈ ਵੀ 5 ਮਿੰਟ ਹਜੇ 5 ਮਿੰਟ ਵੀ ਨਹੀਂ ਹੋਏ ਹੋਣੇ ਜਿਹੜੀਆਂ ਆਪਾਂ ਨਿਊਜ਼ ਫੇਅਰ ਕੇ ਹਟਿਆ ਠੀਕ ਹੈ ਉਹਨਾਂ ਦਾ ਜਿਹੜਾ ਹੈਗਾ ਆਨਸਰ ਜ਼ਰੂਰ ਦਿਓ ਉਹਨਾਂ ਦੇ ਵਿੱਚ ਉਹੀ ਕੁਐਸਚਨ ਪੁੱਛਿਆ ਜੇ ਤੁਸੀਂ ਧਿਆਨ ਨਾਲ ਕਲਾਸ ਸੁਣੀ ਆ ਤਾਂ ਹੋ ਹੀ ਨਹੀਂ ਸਕਦਾ ਵੀ ਤੁਸੀਂ ਇਹਦੇ ਆਨਸਰ ਨਾ ਦੇ ਸਕੋ ਬਹੁਤ ਈਜ਼ੀ ਈਜ਼ੀ ਕੁਐਸਚਨ ਰੱਖਦਾ ਮੈਂ ਤਾਂ ਸੋਚ ਰਿਹਾ ਵੀ ਮੈਂ ਥੋੜਾ ਜਿਹਾ ਇਹਦਾ ਲੈਵਲ ਹਾਈ ਕਰਾਂ ਕੁਐਸਚਨਸ ਦਾ ਪਰ ਲੈਵਲ ਤਾਂ ਤਾਂ ਹੀ ਹਾਈ ਕਰਾਂ ਜੇ ਇਹਨਾਂ ਦੇ ਸਿੰਪਲ ਜਿਹੇ ਕੁਐਸਚਨਸ ਦੇ ਵੀ ਕੋਈ ਆਨਸਰ ਬੰਦਾ ਦੇਊਗਾ ਤਾਂ ਹੀ ਆਪਾਂ ਆਪਸ਼ਨਸ ਵੀ ਇਹਦੇ ਨਾਲ ਰੱਖਿਆ ਕਰਾਂਗੇ ਥੋੜਾ ਜਿਹਾ ਆਪਾਂ ਲੈਵਲ ਥੋੜਾ ਜਿਹਾ ਹਾਈ ਕਰ ਦਾਂਗੇ ਠੀਕ ਹੈ ਕੁਐਸਚਨਸ ਦਾ ਤਾਂ ਕਿ ਇਹ ਜੋ ਟਫ ਤੋਂ ਟਫ ਕੁਐਸਚਨ ਵੀ ਬਣਦਾ ਉਹ ਵੀ ਆਪਾਂ ਨੂੰ ਜਿਹੜਾ ਕਰੰਟ ਅਫੇਅਰਸ ਦੇ ਵਿੱਚੋਂ ਕੋਈ ਵੀ ਕੁਐਸਚਨ ਬਣਦਾ ਤਾਂ ਆਪਾਂ ਨੂੰ ਈਜ਼ੀ ਲੱਗੇ ਕਰੰਟ ਅਫੇਅਰਸ ਦੇ ਵਿੱਚੋਂ ਕੋਈ ਵੀ ਕੁਐਸਚਨ ਆ ਜਿਹੜਾ ਆਪਾਂ ਨਹੀਂ ਛੁੱਟੂਗਾ ਥੋੜਾ ਥੋੜਾ ਆਪਾਂ ਸਟੈਟਿਕ ਪੋਰਸ਼ਨ ਵੀ ਨਾਲ ਜਿਹੜਾ ਹੈਗਾ ਐਡਪਟ ਕਰਨਾ ਹੋਰ ਸਟਾਰਟ ਕਰ ਦਾਂਗੇ ਠੀਕ ਹੈ ਜੀ ਚਲੋ ਜੀ ਇਹ ਸੀਗਾ ਅੱਜ ਦਾ ਲੈਕਚਰ ਤੇ ਟਾਈਮ ਦੇਣ ਲਈ ਲੈਕਚਰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ